नंदू, हॉस्पिटल के सामने खड़े होके फूफू कर रहा है। बीबी बीमार है, अंदर है। क्या हुआ भाभी को? वही औरतों वाली बीमारी। औरतों वाली बीमारी? खर्चा इतना। सिगरेट कितने की है? 10 रुपए की। 10 रुपए की? और जेब में कितनी पड़ी? एक और है। मरने के लिए तेरे पास पैसे हैं, लेकिन बीवी को मौत से बचाने के लिए पैसे नहीं है। क्या बक रहा है? ये देख, मौत लिखी है इस पे, मौत। और ये सैनिटरी पैड पे जिंदगी। हंस मत। 2 सिगरेट के पैसे से भाभी को ऐसी खतरनाक बीमारी जो महावरी के वक्त गंदा कपड़ा इस्तेमाल करने से हो सकती है, उससे बचा सकता है। और सिगरेट ना पीने से अपने आप को भी खतरनाक बीमारी से बचा सकता है। यानी कि मौत के पैसे से 2 जिंदगी खरीद सकता है तू, एक अपनी और एक अपनी बीवी की। सोच अब हंस। हीरोगिरी, ये पीने में नहीं है, ये देने में। हेलो,
ਗੁਰੀ ਤੁਸੀਂ ਮੇਰਾ ਫੋਨ ਨਹੀਂ ਚੱਕਿਆ? ਗੁਰੀ ਕੀ ਹੋ ਗਿਆ? ਗੁਰੀ ਆਜਾ ਬੇਟਾ, ਸਿਮੀ ਕੁਝ ਕਹਿ ਰਹੀ ਹੈ। ਗੁਰੀ ਆਮ ਟਾਕਿੰਗ ਟੂ ਯੂ। ਗੁਰੀ ਇਜ਼ ਐਵਰੀਥਿੰਗ ਓਕੇ? ਗੁਰੀ ਗੁਰੀ ਹੋਇਆ ਕੀ ਹੈ ਤੁਸੀਂ ਦੱਸੋ ਤਾਂ ਸਹੀ ਮੈਨੂੰ। ਦੀਪ ਆ ਰਿਹਾ ਅਮਨ ਨਾਲ ਵਿਆਹ ਕਰਵਾਉਣ। ਜੇ ਉਹ ਆ ਰਿਹਾ ਨਾ ਆਪਾਂ ਉਹਨੂੰ ਸਭ ਕੁਝ ਸੱਚ ਦੱਸ ਦਾਂਗੇ, ਤੁਸੀਂ ਫਿਕਰ ਨਾ ਕਰੋ। ਅਮਨ ਮੇਰੀ ਲਾਈਫ ਦਾ ਇੱਕ ਹੀ ਮਕਸਦ ਆ, ਬਸ ਇੱਕ ਹੀ ਸੁਪਨਾ ਹੈ। ਮੈਂ ਜਿੱਥੇ ਵੀ ਹੋਵਾਂ ਤੂੰ ਮੇਰੇ ਨਾਲ ਖੜੀ ਹੋਵੇਂ, ਜਿੱਥੇ ਵੀ ਹੋਵਾਂ। ਆਈ ਲਵ ਯੂ ਅਮਨ, ਆਈ ਰੀਅਲੀ ਲਵ ਯੂ ਅਮਨ। ਇੱਦਾਂ ਬੋਲਿਆ ਕਰ ਯਾਰ, ਇਹ ਕੰਫੀਡੈਂਸ ਰੱਖਿਆ ਕਰ, ਨਹੀਂ ਤਾਂ ਸਾਲਾ ਕਿਸੇ ਹੋਰ ਨੇ ਲੈ ਜਾਣੀ, ਉਹਦੇ ਸਾਹਮਣੇ ਤੂੰ ਬਣ ਜਾਣਾ, ਹੁੰਦਾ ਕੀ ਹੈ ਤੈਨੂੰ? ਕੰਫੀਡੈਂਸ ਰੱਖਿਆ ਕਰ ਦੀਪ, ਕੰਫੀਡੈਂਸ। ਵਾਹਿਗੁਰੂ ਵੀਰੇ, ਉਹ ਪੈਂਚਰ ਪੁੰਚਰ ਹੋ ਗਈ ਆ ਬਾਈ, ਮਾੜੀ ਜੀ ਗੱਡੀ ਪਰਾਂ ਨੂੰ ਕਰਿਓ, ਮੈਂ ਟਰੈਕਟਰ ਕੱਢਣਾ। ਵੀਰੇ ਵੀਰੇ ਵੀਰ ਜੀ ਉਸਤਾਦ, ਪਤਾ ਹਾਕੀਆਂ ਹੋ ਕੇ ਚੱਕੀ ਫਿਰਦੇ ਆ। ਸਤਿ ਸ਼੍ਰੀ ਅਕਾਲ ਜੀ, ਮਾਈ ਸਾਹਿਬ ਖੜਕ ਸ਼ੇਰ ਸਿੰਘ ਪਿੰਡ ਭੁੰਦੜੀ ਰਾਖਾ ਨਾ ਬਸਿਆ, ਤਹਿਸੀਲ ਜਗਰਾਮ ਜ਼ਿਲ੍ਹਾ ਲੁਧਿਆਣਾ। ਕੀ ਹਾਲ ਚਾਲ ਜੀ? ਤਰਾਈ ਕਰਤਾ ਤੂੰ ਤੇ ਉਸਤਾਦ? ਉਹੀ ਆ ਇਹ। ਕੌਣ? ਜਿਹਨੇ ਮੇਰੇ ਪਿਆਰ 'ਚ ਟੰਗ ਅੜਾਈ ਆ, ਇਹਦੀ ਟਾਈਮ ਚੱਕਣਾ ਸਾਲੇ ਦਾ। ਆਇਓ ਗੱਲ ਸੁਣ ਲਾ ਮੇਰੀ ਚਕੜ ਭੁੰਡੜੀ, ਕਾਲੀ ਆਪਣਾ ਕਰਦਾ ਕੁੜੀ ਨੂੰ ਪਿਆਰ ਸੱਚਾ? ਕੀ ਨਾਂ ਉਹਦਾ? ਪ੍ਰਿਯੰਕਾ। ਜੋ ਵੀ ਉਹਦਾ ਨਾਂ, ਉਹ ਪ੍ਰਿਯੰਕਾ ਪ੍ਰਿਯੰਕਾ, ਤੂੰ ਨੀ ਵਿੱਚ ਆਣਾ। ਜੇ ਤੂੰ ਪੁੱਤ ਵਿੱਚ ਆਇਆ ਤੇ ਇੰਨਾ ਕਟਾਪਾ ਲਾਊਂਗਾ ਨਾ, ਨਾ ਤੇਰੀ ਚਕੜ ਲੱਭਣੀ ਨਾ ਤੇਰੀ ਭੁੰਦੜੀ, ਸਮਝ ਗਿਆ? ਲਵ ਜੀ ਉਸਤਾਦ। ਆਹ ਤਾਂ ਨਹੀਂ ਹੋ ਸਕਦਾ ਵੀਰੇ। ਅੱਛਾ ਫੜਾਕੇ ਚ ਮੇਰੀ ਓਏ, ਉਹ ਤਾਂ ਗੱਡੀ ਚ ਪਈ ਆ। ਯਾਰ ਬੰਦਾ ਇੱਥੇ ਕਿਰਚ ਗੱਡੀ ਚ, ਸਾਲੇ ਉਹ ਕਾਹਦੀ ਬਦਮਾਸ਼ ਤੇ ਉੱਤੇ ਹਾਲਾ ਜਿਹੜੇ ਰੱਬ ਨੂੰ ਧਿਆਣਾ ਆ ਗਿਆ ਬੁੱਤ ਕਿਰਚ ਲੈ ਕੇ ਮੈਂ। ਅੱਛਾ ਓਏ ਚਲੋ ਜੀ, ਲਓ ਰੱਬ ਦਾ ਲਓ। ਓਏ ਇਹਦੇ ਕੋਲ ਰੱਬ ਦਾ ਨੰਬਰ ਵੀ ਹੈਗਾ? ਹੋ ਵੀ ਸਕਦਾ। ਸੱਚਾ ਪਾਤਸ਼ਾਹ ਮਿਹਰ ਕਰੀ।
ਨੈਟਵਰਕ ਪ੍ਰੋਬਲਮ। ਆਹੋ ਜੀਓ ਹੌਟ ਸਪੋਟ ਦੇਵਾਂ ਵੀਰੇ। ਯਾਰ ਵੀਰੇ ਦਈ ਪਲੀਜ਼। ਹਾਂ ਖੜ ਜਾਏ ਬੁਰਜ ਖਲੀਫਾ ਵੀਰੇ ਨਾ। ਹਾਂ ਹਾਂ ਪਾਸਵਰਡ ਕੀ ਹੈ ਜੀ? ਸੋਨੀਆ। ਸੱਚੋ ਸੋਨੀਆ। ਚਲ ਗਿਆ ਵੀਰੇ ਮੈਸੇਜ, ਧੰਨਵਾਦ, ਬੜਾ ਧੰਨਵਾਦ ਤੁਹਾਡਾ। ਸਾਲੇ ਉਹਨੇ ਟਾਵਰ ਲੱਭ ਕੇ ਤੇ ਕੁੱਟ ਲਓ ਹੁਣ, ਮੈਨੂੰ ਕਿਰਸੀ ਨਹੀਂ ਲੱਭ ਰਹੀ। ਉੱਥੋਂ ਦੀ ਭੈਣ ਨੂੰ ਬੜੀ ਛੇਤੀ ਆ ਗਈ ਹੋਏ। ਮੇਰੀ ਤਾਂ ਸਰੀਰ ਕਿ ਸਿੱਖਾਂ ਦੀ ਕਲਾਸ ਦਾ ਟਾਈਮ ਹੋ ਗਿਆ ਬਾਈ, ਜਾਣਾ ਪਊ। ਆਪਾਂ ਨੀ ਬੰਕ ਮਾਰਿਆ ਕਦੇ ਕਲਾਸ। ਉਸਤਾਦ ਉੱਠੇ ਯਾਰ, ਲੱਗ ਰਿਹਾ ਘਟਾਪਾ। ਲੱਗ ਰਿਹਾ ਪਰ ਆਪਣਿਆਂ ਤੇ ਲੱਗ ਰਿਹਾ। ਕੀ ਮਤਲਬ? ਮਤਲਬ ਭਾਉ ਖੜਾ। ਅੱਛਾ ਭਾਉ ਖੜਾ, ਤੂੰ ਬਹਿ ਜਾ ਭਰਾਵਾ, ਆਪਾਂ ਹੁਣ ਹੀ ਜਾਇਆ ਜਾਣਾ। ਠੀਕ ਦਾਰੂਣਾ ਪਰੌਂਠੇ ਖਾ ਖਾ ਵਧੀ ਜਾਂਦਾ ਏ ਮਿੱਤਰਾਂ ਦਾ ਵੇਟ ਵੀ। ਆਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ ਫੀਲਿੰਗਾਂ ਗ੍ਰੇਟ ਵੀ। ਦੁਨੀਆਂ ਦਾ ਅੱਖ ਮੈਂ ਅਜੂਬਾ ਲੱਗਦਾ ਕਾਲਜ ਦਾ ਗੇਟ ਵੀ। ਦੇ ਮੋਰੇ ਨੰਬਰ ਬਣਾਉਣ ਨੂੰ ਮੰਗ ਮੀਆਂ ਗੱਡੀਆਂ, ਬੁਲਟ ਦੇ ਉੱਤੇ ਵੱਜਦੀਆਂ ਗੇੜੀਆਂ, ਟਾਰਾਂ ਵੇਖ ਕੱਢੀਆਂ, ਪਿੰਡੋਂ ਫੀਸ ਮੰਗਵਾਈ ਦੀ, ਸ਼ੋਪਿੰਗ ਕਰਾਈ ਦੀ, ਬਾਪੂ ਕੱਢੇ ਗਾਲਾਂ ਨਹੀਂ ਉਹ ਫਿਕਰ ਪੜਾਈ ਦੀ। ਉਹ ਪੈਸੇ ਰੁਕਣ ਲੱਗ ਗਏ, ਜੇ ਹੁਣ ਫੀਸ ਮੰਗੀ ਨਾ ਤੇ ਤੇਰੀ ਧੌਣ ਤੇ ਗੋਡਾ ਰੱਖੂਗਾ ਗੋਡਾ, ਸਮਝ ਗਿਆ। ਸਾਰੀ ਰਾਤ ਫੋਨ ਉੱਤੇ ਚੱਲੇ ਆਸ਼ਕੀ, ਉੱਠੀ ਦਾ ਏ ਲੇਟ ਬਈ। ਆਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ ਫੀਲਿੰਗਾਂ ਗ੍ਰੇਟ ਬਈ। ਦੁਨੀਆਂ ਦਾ ਅੱਖ ਮੈਂ ਅਜੂਬਾ ਲੱਗਦਾ ਕਾਲਜ ਦਾ ਗੇਟ ਵੀ। ਮੰਨਿਆ
ਕਿਤਾਬਾਂ ਵਿੱਚ ਜੀ ਨੀ ਲੱਗਦਾ ਮਾਈਂਡ ਰੀਡ ਕਰੀ ਦੇ ਸਪਲੀ ਤੇ ਰੱਖੀ ਦੀ ਆਸ ਕੱਢ ਕੇ ਹੌਸਲੇ ਨੀ ਹਰੀ ਦੇ ਫਿਊਚਰ ਬਰਾਈਟਾ ਹੱਥ ਚਾਹੇ ਟਾਈਟਾ ਕਿਸੇ ਨਾਲ ਰੇਸ ਨਹੀਂ ਉਹ ਖੁਦ ਨਾਲ ਫਾਈਟਾ ਐਸ ਵਾਲੇ ਭੇਜੀ ਜਾਂਦੇ ਨੇ ਰੂਲ ਹੋ ਗਏ ਟੈਟ ਬਈ ਆਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ ਫੀਲਿੰਗਾਂ ਗ੍ਰੇਟ ਬਈ ਦੁਨੀਆ ਦਾ ਅੱਖ ਮਾਏ ਅਜੂਬਾ ਲੱਗਦਾ ਕਾਲਜ ਦਾ ਗੇਟ ਬਈ ਯਾਰ ਤੇ ਕਹਿੰਦੇ ਖਰਾੜੇ ਮਾਰ ਮਾਰ ਕੇ ਕੰਨ ਪਾੜੇ ਆ ਉੱਤੋਂ ਤੂੰ ਅਲਾਦੀਨ ਦਾ ਚਿਰਾਗ ਜਗਾਈ ਬੈਠਾ ਮੇਰੀਆਂ ਅੱਖਾਂ 'ਚ ਪੈਂਦੀ ਲੈਟ ਮੈਨੂੰ ਨੀਂਦ ਨਹੀਂ ਆਉਂਦੀ ਵੱਧ ਕਰ ਇਹਨੂੰ ਸਵੇਰੇ ਪ੍ਰੈਕਟੀਕਲ ਦਾ ਵੀਵਾ ਵੀ ਹੈ ਉੱਤੋਂ ਪੱਟੀ ਦਾ ਸੈਮੀਨਾਰ ਹੈ ਮੇਰੀ ਤਾਂ ਸਾਲੀ ਕੋਈ ਬੈਂਜੋ ਹੀ ਨਹੀਂ ਚੁੱਪ ਕਰ ਜਾ ਯਾਰ ਥੋੜ੍ਹਾ ਜਿਹਾ ਕੰਮ ਰਹਿ ਗਿਆ ਮੈਂ ਬਸ ਸਮਨ ਲਈ ਨੋਟਸ ਬਣਾ ਲਾਂ ਖੜ ਤੂੰ ਯਾਰ ਉਹ ਆਪ ਨਹੀਂ ਬਣਾ ਸਕਦੀ ਮੇਰੇ ਲਈ ਕਿਤੇ ਨੋਟਸ ਬਣਾਏ ਨੇ ਮੈਂ ਤੈਨੂੰ ਕਹਿ ਕੇ ਥੱਕ ਗਿਆ ਤੇਰੇ ਹੱਥ ਟੁੱਟਿਆ ਆਪ ਹੀ ਬਣਾ ਲਾ ਉਹ ਗੁੱਠਾ ਚੁੰਗਦੀ ਉਹ ਨਹੀਂ ਬਣਾ ਸਕਦੀ ਵੱਡੀ ਭਾਣ ਯਾਰ ਮਿੰਤ ਵਾਲੀ ਗੱਲ ਬਣ ਲੈਣੇ ਭਰਾ ਦੀ ਗੱਲ ਤੂੰ ਠੀਕ ਕੀਤਾ ਯਾਰ ਵੇਖ ਓਏ ਵੈਰੀਆ ਥੋੜ੍ਹੀ ਇਨਸਾਨੀਅਤ ਤੇ ਵਿਖਾ ਨਾ ਜਾਨਵਰਾਂ ਨੂੰ ਤੇਰੀ ਪਤਾ ਨਹੀਂ ਗੱਲ ਬਣਨੀ ਆ ਨਹੀਂ ਬਣਨੀ ਆ ਹਰੀਟਾ ਦੀ ਫੈਮਿਲੀ ਨਾ ਬਣਨ ਦਵੀ ਤੂੰ ਵੇਖ ਵਿਚਾਰੀ ਲੈਟ ਦੀ ਮਾਰੀ ਬਾਹਰ ਹੀ ਨਹੀਂ ਨਿਕਲਦੀ ਸੰਗ ਦੀ ਨਿਰਦਈ ਕਹਿ ਥਾਂ ਉਤਰੀ ਭੈਣ ਸਿਰ ਦੁਖਣ ਲੱਗ ਗਿਆ ਯਾਰ ਆਹ ਕੱਕੜ ਦੀ ਕਲਾਸ ਬਾਹਲੀ ਬੋਰਿੰਗ ਨਹੀਂ ਹੁੰਦੀ ਯਾਰ ਤੈਨੂੰ ਨਹੀਂ ਲੱਗਦੀ ਨਹੀਂ ਮੈਨੂੰ ਨਹੀਂ ਲੱਗਦੀ ਮੈਨੂੰ ਤਾਂ ਬਾਹਲੀ ਨੀਂਦ ਆਉਂਦੀ ਹੈ ਯਾਰ ਉਹ ਚਾਹ ਪੀਣ ਚੱਲੀਏ ਨਹੀਂ ਯਾਰ ਤੁਸੀਂ ਜਾਓ ਮੈਨੂੰ ਕੰਮ ਆ ਕਿਹੜਾ ਕੰਮ ਹੋਇਆ ਤੈਨੂੰ ਸਭ ਪਤਾ ਸਾਨੂੰ ਜਿਹੜਾ ਰਾਤਾਂ ਨੂੰ ਜਾਗ ਜਾਗ ਕੇ ਤੂੰ ਚਿੱਟੇ ਵਰਗੇ ਕਾਲੇ ਕਰਦਾ ਓਏ ਇਹਨਾਂ ਨੇ ਕੋਈ ਕੰਮ ਨਹੀਂ ਆਉਣਾ ਤੇਰੇ ਔਖੇ ਵੇਲੇ ਮਸ਼ੂਕਾਂ ਨਹੀਂ ਖੜਦੀਆਂ ਰੁਕੋ ਸੁਣੋ ਅਰਜ਼ ਕੀ ਹੈ ਕਿਹਨੇ ਕੀਆ ਮੈਂ ਕੀਆ ਅੱਛਾ ਔਖੇ ਵੇਲੇ ਕੰਮ ਨਹੀਂ ਆਉਂਦੀਆਂ ਮਸ਼ੂਕਾਂ ਔਖੇ ਵੇਲੇ ਕੰਮ ਆਉਂਦੇ ਨੇ ਯਾਰ ਵਾਂਗ ਬੰਦੂਕਾਂ ਵਾਹ 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 ਧੰਨਵਾਦ ਆ ਕਿੱਧਰ ਚੱਲਿਆ ਬੇਇੱਜ਼ਤੀ ਹੋ ਗਈ ਗੁਰੂ ਆ ਹਲ ਮੁੜੇ ਬੇਇੱਜ਼ਤੀ ਕੀ ਹੋਇਆ ਓ ਯਾਰ ਮੈਂ ਸਹੀ ਤਾਂ ਲੱਗ ਰਿਹਾ ਹਾਂ ਠੀਕ ਤੇ ਹੈ ਯਾਰ ਵਾਰਵੁਲ ਠੀਕ ਆ ਆ ਦੰਦ ਦੇਖੀ ਕੀ ਦੰਦਾਂ ਤੇਰੇ ਸਾਗ ਵਜਿਆ ਕੱਢ ਯਾਰ ਤੂੰ ਸਾਗ ਨੂੰ ਛੱਡ ਇਹ ਦੱਸ ਮੈਂ ਠੀਕ ਲੱਗ ਰਿਹਾ ਕਿ ਨਹੀਂ ਪਰ ਮੈਨੂੰ ਤੂੰ ਅੰਦਰੋਂ ਠੀਕ ਨਹੀਂ ਲੱਗ ਰਿਹਾ ਨਾ ਫਿਰ ਕੀ ਹੋਇਆ ਤੈਨੂੰ ਕਹਿਣਾ ਪੈਣਾ ਪਰ ਮੈਂ ਤਾਂ ਕੋਈ ਨੋਟਸ ਮੰਗੇ ਨੀ ਅੱਛਾ ਠੀਕ ਹੈ ਜੀ
ਜੇ ਤੁਸੀਂ ਬਣਾ ਹੀ ਲਏ ਆ ਤੇ ਦੇ ਦੋ ਫਿਰ ਮੇਰੇ ਕੰਮ ਆ ਜੂਗੇ ਅੱਜ ਨਹੀਂ ਤਾਂ ਕੱਲ ਠੀਕ ਆ ਆ ਲਓ ਤੁਸੀਂ ਕੰਮ ਕਿਉਂ ਰਹੇ ਹੋ ਠੀਕ ਹੋ ਤੁਸੀਂ ਬੁਖਾਰ ਬੁਖਾਰ ਆ ਤੁਹਾਨੂੰ ਤੁਸੀਂ ਦਵਾਈ ਲਿੱਤੀ ਦਵਾਈ ਨਹੀਂ ਨਹੀਂ ਲਓ ਫਿਰ ਚਲੋ ਰੈਸਟ ਕਰੋ ਠੀਕ ਹੈ ਜੀ ਚਲੋ ਚਲੋ ਪੈਰਾਸੀਟਾਮੋਲ ਲੈ ਲਿਓ ਵਧੀਆ ਹੁੰਦੀ ਆ ਤੇ ਜੇ ਫਿਰ ਵੀ ਠੀਕ ਨਾ ਹੋਏ ਨਾ ਮੈਨੂੰ ਦੱਸ ਦਿਓ ਮੈਂ ਦੇ ਦੂੰਗੀ ਠੀਕ ਚਲੋ ਟੇਕ ਕੇਅਰ ਤੇਰਾ ਕੁਛ ਨਹੀਂ ਹੋ ਸਕਦਾ ਓਏ ਬੜਾ ਦੁੱਖ ਹੈ ਵੀਰੇ ਬੜਾ ਦੁੱਖ ਹੈ ਸੱਚੀ ਬੜਾ ਦੁੱਖ ਹੈ ਓਏ ਜਹਾਜ ਨਾਲ ਬੱਜੀ ਜਾਂਦਾ ਅਮਰੀਕਾ ਰਾਣ ਨਾਲ ਲੜੀ ਜਾਂਦਾ ਵੀਰੇ ਬੜਾ ਦੁੱਖ ਹੈ ਵੀਰੇ ਮਾਲਾ ਸਾਡੇ ਪੈਸੇ ਲੈ ਕੇ ਭੱਜ ਗਿਆ ਬੜਾ ਦੁੱਖ ਹੈ ਵੀਰੇ ਪਰ ਉਸ ਤੋਂ ਵੱਡਾ ਦੁੱਖ ਹੈ ਇੱਥੋਂ ਪਰਪੋਜ ਕਿਉਂ ਨਹੀਂ ਹੁੰਦਾ ਆਈ ਐਮ ਸੈਡ ਨਿੱਕੇ ਧਰਮਿੰਦਰ ਥੱਲੇ ਆ ਜਾ ਐਵੇਂ ਸੱਟ ਨਾ ਲਵਾ ਲਈ ਵੀਰੇ ਸੱਟ ਤਾਂ ਲੱਗ ਗਈ ਸੱਟ ਤਾਂ ਇੱਥੇ ਲੱਗੀ ਹੈ ਵੀਰੇ ਓਏ ਇਸ ਸਦੀ ਦੇ ਮਹਾਨ ਆਸ਼ਿਕ ਦਾ ਯਾਰ ਹੋ ਕੇ ਤੇ ਪਰਪੋਜ ਨਹੀਂ ਹੁੰਦਾ ਮੇਰੇ ਯਾਰ ਰਨ ਦਾ ਤੇਰੇ ਸਦੀ ਦੇ ਮਹਾਨ ਆਸ਼ਿਕ ਯਾਰ ਸੀ ਓਏ ਆਸ਼ਿਕਾ ਬੰਦਾ ਬਣ ਤੇ ਥੱਲੇ ਆ ਜਾ ਹੁਣ ਨਹੀਂ ਜਾ ਥੱਲੇ ਹੁੰਦਾ ਵੀਰੇ ਹੁਣ ਤਾਂ ਜਾ ਸਦਾ ਉੱਤੇ ਹੀ ਰਹੂ ਡਰਾਮੇ ਜੇ ਨਾ ਕਰੋ ਥੱਲੇ ਆ ਜਾ ਏਡਾ ਤੂੰ ਐਲਨ ਮਸਕ ਆਖਣਾ ਆਪਾਂ ਤਾਂ ਇੱਥੇ ਖੜੇ ਹੁਣ ਨਹੀਂ ਆਉਂਦੇ ਥੱਲੇ ਚੱਲ ਨਹੀਂ ਆਉਣਾ ਫਿਰ ਰਹਿਣ ਦੇ ਚੱਲ ਪਾਓ ਆਪਾਂ ਚੱਲੀਏ ਕਿੱਥੇ ਚੱਲਿਆ ਬਈ ਮੈਨੂੰ ਨਾ ਐਸੇ ਉੱਚਾ ਵਾਲਾ ਲੱਗੀ ਜਾਂਦਾ ਮੈਨੂੰ ਲਾਓ ਯਾਰ ਟਿੰਕੇ ਤੂੰ ਨਾ ਘੱਟ ਪੀਆ ਕਰ ਯਾਰ ਉੱਤੇ ਤਾਂ ਪਤਾ ਨੀ ਤੂੰ ਜਾਣਾ ਕਿੰਨੀ ਜਾਣਾ ਥੱਲੇ ਡਿੱਗ ਪੈਣਾ ਤੂੰ ਕਿਸੇ ਦਿਨ ਓ ਬਈ ਥੱਲੇ ਤਾਂ ਡਿੱਗੀ ਪਿਆ ਯਾਰ ਐਂ ਦੇਖ ਤਾਂ ਥੱਲੇ ਵੀਰੇ ਏਦਾਂ ਕਰਕੇ ਡਿੱਗਿਆ ਥੱਲੇ ਰੱਖੀ ਪਾਓ ਪੈਗ ਬਣਾ ਮੈਂ ਆਇਆ ਧਾਰਮਿਕ ਮੇਰਾ ਵੀ ਬਣਾ ਦੇ ਕਰ ਜੋ ਸਰ ਮੈਨੂੰ ਵੀ ਆਇਆ ਮੈਂ ਵੀ ਕਰੂੰ ਉਹ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਆਹੋ ਨੀ ਆਹੋ ਹੋਏ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਆਹੋ ਨੀ ਆਹੋ ਰੂਪ ਦੀ ਰਾਣੀ ਪਰਾਂਦੇ ਨੂੰ ਸੰਭਾਲਦੀ ਸਮੋਸਾ ਦੇ ਥੈਂਕ ਯੂ ਉਹ ਕਿੱਧਰ ਚੱਲੇ ਹੋ ਰੁਕੋ ਬੈਠੋ
ਹੈ ਭਾਜੀ, ਚਲਦੇ ਅਸੀਂ। ਠੀਕ ਹੈ ਜੀ। ਹਾਂਜੀ ਬੇਜਾ ਟਿੰਕੇ। ਉਹ ਤੂੰ ਇੱਕ ਗਾਣਾ ਸੁਣਾ ਨਾ ਨਾ ਟਿੰਕੇ, ਚੋਂਦਾ ਚੋਂਦਾ ਜਿਹਾ, ਫਿਰ ਕਰਾਂ ਮੈਂ ਪੇਸ਼ ਜਰਾ। ਅੱਛਾ ਆਉਣ ਦੇ ਫਿਰ। ਚਲੋ ਠੀਕ ਹੈ, ਮੈਂ ਗਾਉਣਾ, ਤੁਸੀਂ ਵਜਾਇਓ ਢੋਲਕੀ। ਠੀਕ ਹੈ, ਆਜੋ ਵੀ ਆਜੋ, ਗੀਤ ਸੁਣਾਈਏ ਤੁਹਾਨੂੰ। ਆਜੋ ਆਜੋ ਮੇਰਾ ਵੀਰ, ਆਓ, ਜਿਨ੍ਹਾਂ ਲਈ ਲਿਖਿਆ ਉਹ ਵੀ ਇੱਥੇ ਹੀ ਨੇ। ਆਜੋ ਆਜੋ, ਹੋ ਜਾ ਸ਼ੁਰੂ ਫਿਰ। ਬਿਲਕੁਲ ਬਿਲਕੁਲ। ਇੱਕ ਛੋਟੀ ਜੀ ਸਾਡੀ ਲਵ ਸਟੋਰੀ ਬਈ, ਜਿਹੜੀ ਤੱਕੇ ਲਾ ਲਾ ਕੇ ਅਸੀਂ ਤੋਰੀ ਬਈ, ਚੇਤੇ ਆਉਂਦੀ ਰਹਿੰਦੀ ਥੋੜੀ 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 ਬਈ, ਉਹ ਤੁਹਾਨੂੰ ਵੀ ਸੁਣਾਉਣ ਲੱਗੇ ਆ। ਸਾਡੇ ਸਾਊ ਜਿਹੇ ਦਿਲ ਤੇ ਜੋ ਬੀਤੀਆਂ ਉਹ ਗੀਤ ਵਿੱਚ ਗਾਉਣ ਲੱਗੇ ਆ। ਇੱਕ ਵਾਰ ਪ੍ਰਿੰਕਾ ਮੇਰੇ ਬਾਈ ਮੈਨੂੰ ਸੀਸੀਡੀ ਦੇ ਵਿੱਚ ਟਕਰਾਈ, 11 ਵੇਲੀਆਂ ਨੇ ਫੂਕ ਛਕਾਈ, ਮੈਂ ਜਾ ਕੇ ਪਰ ਪੁੱਛ ਮਾਰਤਾ, ਚੋਰ ਗੋ ਟੂ ਹੈਲ ਜਿਹਾ ਕਹਿ ਕੇ ਮੈਨੂੰ ਅੰਗਰੇਜ਼ੀ ਵਿੱਚ ਝਾੜਤਾ। ਪ੍ਰਿੰਸੀਪਲ ਸਾਹਿਬ ਬੁਲਾ ਰਹੇ ਤੈਨੂੰ, ਬਾਪੂ ਆਇਆ ਤੇਰਾ। ਚੱਲ ਮੈਂ ਆਉਣਾ। ਬਾਪੂ ਆਇਆ ਬੜੀ ਗਲਤ ਜਗ੍ਹਾ ਤੇ, ਹੁਣੇ ਤਾਂ ਮੇਰੇ ਰੱਖੜੀ ਬੰਨਣੀ ਸੀ ਪ੍ਰਿੰਕਾ ਨੇ। ਚੱਲ ਮੈਂ ਆਉਣਾ ਮਿਲ ਕੇ, ਤੁਸੀਂ ਫਿਰ ਅੱਗੇ ਪੂਰਾ ਕੰਟੀਨਿਊ ਕਰ ਲਓ। ਚਲੋ ਬਾਈ ਜੀ, ਭਾਜੀ ਬਹੁਤ ਸੋਹਣਾ ਗਾਉਂਦੇ ਜੀ, ਟਿਪ ਟਿਪ ਕਰਾਓ ਭਾਜੀ, ਬਹੁਤ ਚੱਲੀ। ਚਲੋ ਠੀਕ ਠੀਕ ਹੈ, ਚਲੋ ਚਲੋ ਚਲੋ। ਮੇਰੀ ਗੱਲ ਸੁਣ ਲਓ, ਆ ਮੋਟੇ ਜਿਹੇ ਪ੍ਰਿੰਸੀਪਲ ਨੂੰ ਮੈਂ ਇੱਕ ਵੀ ਡੋਲੂ ਦੁੱਧ ਦਾ ਹੋਰ ਨਹੀਂ ਦੇਣਾ। ਕਿਉਂ? ਉਹ ਮੱਝਾਂ ਦੀਆਂ ਮੱਝਾਂ ਖਾ ਗਿਆ, ਕੱਟੇ ਸਾਡੇ ਭੁੱਖੇ ਰਹਿ ਗਏ, ਉਹਨਾਂ ਦੇ ਹਿੱਸੇ ਦਾ ਵੀ ਦੁੱਧ ਆਪ ਪੀ ਜਾਂਦਾ, ਪੈਸੇ ਦੀ ਗੱਲ ਹੀ ਨਹੀਂ ਕਰਦਾ। ਮੇਰੀ ਗੱਲ ਸੁਣ ਲਓ, ਅੱਜ ਤੋਂ ਬਾਅਦ ਸਾਰਾ ਸਫ਼ਤਾ ਰੱਖਾਂਗਾ ਮੈਂ, ਤੁਸੀਂ ਨਹੀਂ ਵਿੱਚ ਬੋਲਣਾ। ਦੋਵਾਂ ਦੇ ਪੈਰੀ ਹੱਥ ਲਾਓ, ਵੱਡਾ ਉਹ ਆ ਗਿਆ ਤੁਹਾਡਾ ਫਰਜ਼ੰਦ, ਕਰ ਲਓ ਗੁੱਸੇ ਗੱਲ। ਬਾਪੂ ਮੈਨੂੰ ਨਾ ਕਿਉਂ ਵਿੱਚ ਪਾਉਣ ਲਈ, ਮੈਂ ਗੱਦ ਘੱਟ ਹੋਈ ਨਾ। ਚੱਲ ਤੂੰ ਠੰਡਾ ਰਹਿ, ਮੈਂ ਕਰਦਾ ਗੱਲ। ਹੋਰ ਵੀ ਆਏ ਨਾਲ ਕੋਈ? ਸਤਿ ਸ਼੍ਰੀ ਅਕਾਲ ਵੀਰੇ। ਬਾਪੂ ਪੱਗ ਬੰਨ ਆਉਂਦਾ, ਪੈਰਾਂ 'ਚ ਜੁੱਤੀ ਪਾ ਆਉਂਦਾ, ਆ ਗਿਆ ਮੇਰੇ ਕਾਲਜ 'ਚ। ਫਿਰ ਕੀ ਹੁੰਦਾ, ਤੂੰ ਪਾਸ ਹੋ ਜਾਣਾ ਸੀ ਪੁੱਤ, ਤੈਨੂੰ ਮਾੜੀ ਮੋਟੀ ਸ਼ਰਮ ਹੈ ਕਿ ਨਹੀਂ? ਮੈਂ ਅੰਦਰ ਮਾਫ਼ੀ ਮੰਗ ਕੇ ਆਇਆ ਕਿ ਤੈਨੂੰ ਇੱਕ ਮੌਕਾ ਹੋਰ ਦੇ ਦਿਓ। ਬਾਪੂ ਹੌਲੀ, ਉਹ ਪਿਓ ਦੀ ਮਾੜੀ ਮੋਟੀ ਇੱਜ਼ਤ ਰੱਖ ਲੈਂਦਾ, ਘੱਟੋ ਘੱਟ ਇੱਕ ਪਰਚੇ 'ਚੋਂ ਪਾਸ ਹੋ ਜਾਂਦਾ। ਤੈਨੂੰ ਪਤਾ ਤੇਰੀ ਇਹਨਾਂ ਕਰਤੂਤਾਂ ਕਰਕੇ ਮੈਨੂੰ ਕਿੰਨਾ ਦੁੱਧ ਦੇਣਾ ਪੈਂਦਾ ਉਹਨੂੰ। ਬਾਪੂ ਮੇਰੇ ਪਾਸ ਫੇਲ ਹੋਣ ਨਾਲ ਦੁੱਧ ਦਾ ਕੀ ਲੈਣਾ ਦੇਣਾ? ਦੁੱਧ ਦਾ ਲੈਣਾ ਦੇਣਾ ਹੈ? ਉਹਦੇ ਨਾਲ ਤੇਰੀਆਂ ਹਾਜ਼ਰੀਆਂ ਪੂਰੀਆਂ ਹੁੰਦੀਆਂ। ਬਾਪੂ ਹੌਲੀ ਬੋਲ ਲੈ, ਕਿਉਂ ਜਲੂਸ ਕੱਢੀ ਜਾਂਦਾ ਮੇਰਾ। ਬਾਪੂ ਤੈਨੂੰ ਕੀ ਪਤਾ, ਮੇਰੀ ਪਿੱਠ ਆਕੜੀ ਪਈ ਆ ਪੜ ਪੜ ਕੇ ਰਾਤ ਨੂੰ, ਰਾਤਾਂ ਜਾਗ ਜਾ ਕੇ ਪੜ੍ਹਦਾ, ਦੀਦੇ ਲਾ ਲਾ ਕੇ, ਨਤੀਜਾ ਨਹੀਂ ਆਉਂਦਾ, ਮੇਰਾ ਕੀ ਕਸੂਰ ਹੈ? ਹੁਣ ਤੂੰ ਐਂ ਕਰ, ਪੜ੍ਹਨ ਦਾ ਤਰੀਕਾ ਬਦਲ ਦੇ, ਕੀ ਪਤਾ ਪਾਸ ਹੋ ਜੇ। ਖੋਤੇ ਦਾ ਖੁਰਨਾ ਹੋਵੇ ਤਾਂ, ਨਾਲੇ ਜਿਹਨੇ ਪੜ੍ਹਨਾ ਹੋਵੇ ਨਾ ਉਹ ਲਮਕ ਕੇ ਵੀ ਪੜ੍ਹ ਲੈਂਦਾ। ਇਹਦੀ ਗੱਲ ਵੀ ਠੀਕ ਆ, ਗੱਲਾਂ ਜਿੰਨੀਆਂ ਮਰਜ਼ੀ। ਚੱਲ ਛੇਤੀ ਤੁਰ, ਅਸੀਂ ਪਿੰਡ ਵੀ ਪਹੁੰਚਣਾ, ਪਹਿਲਾਂ ਕਿਵੇਲਾ ਹੋ ਗਿਆ। ਮੇਰਾ ਤੇ ਪੁੱਤਰਾ, ਆ ਦੇਸੀ ਘਿਓ ਰੋਟੀ ਚੁੱਪੜ ਕੇ ਖਾ ਲਿਆ ਕਰ, ਮੂੰਹ ਪੜ ਪੁੜ ਲਿਆ ਕਰ, ਨਹੀਂ ਤਾਂ ਫਿਰ ਮੇਰੇ ਵਾਂਗੂ ਟੋਲੀਆਂ ਮਾਂਜੇਗਾ। ਉਹ ਤੁਰ ਪੈ ਹੁਣ, ਇੰਨੇ ਨਹੀਂ ਸੁਧਰਨਾ। ਕਿਉਂ? ਔਲਾਦ ਕਿਹਦੀ ਹੈ? ਕਿਹਦੀ ਆ? ਬਹਿ ਦੱਸਾਂ ਕਿਹਦੀ ਹੈ, ਆ ਵੀ ਚੱਕ। ਹਾਂ, ਉੱਥੇ ਮੱਝਾਂ ਡੀਕਦੀਆਂ ਹੋਣੀਆਂ ਮੈਨੂੰ। ਤੈਨੂੰ ਕੋਈ ਡੀਕਦੀ ਹੋਣੀ ਬਈ? ਉਹ ਮੇਰੇ ਹੱਥ ਲੱਗੀਆਂ। ਅੱਛਾ ਅੱਛਾ, ਚੱਲ ਗੱਲਾਂ ਕਰਾ ਲਓ, ਤੇਲ ਪਾਉਣਾ ਰਸਤੇ 'ਚ। ਮੇਰੇ ਮੁੰਨਾ ਭੂਲ ਨਾ ਜਾਣਾ, ਮੇਰੇ ਦੂਧ ਕਾ ਕਰਜ਼ ਚੁਕਾਨਾ, ਦੂਧ ਕਾ ਕਰਜ਼। ਲਓ ਜੀ, ਥੈਂਕ ਯੂ। ਪੂਰੇ ਭਰਾ, ਪੂਰੇ। ਪਹਿਲਾਂ ਤਾਂ ਸਾਲਾ ਸਕੂਟਰ ਦਾ ਕਵਰ ਚੇਂਜ ਕਰਾਵਾਂ। ਉਹ ਪੁੰਡੀ ਚਾਹ ਲਿਆ ਓਏ, ਵੀਰੇ ਬਿਸਕੁਟ ਵੀ ਲਿਆਈ। ਯਾਰ ਬਾਪੂ ਨੂੰ ਕੁਝ ਕਰਕੇ ਵਿਖਾਉਣਾ ਵੀਰੇ, ਬਹੁਤ ਹੋ ਗਿਆ, ਪਰ ਕਰਨਾ ਕੀ ਹੈ ਸਾਲਾ ਪਤਾ ਨਹੀਂ ਚੱਲਦਾ। ਯਾਰ ਇੱਕ ਤਾਂ ਨਾ ਮੈਨੂੰ ਦੁਨੀਆਂ ਨਹੀਂ ਸੋਚਣ ਦਿੰਦੀ, ਸਾਰਾ ਥੋਟ ਪ੍ਰੈਸ ਤੋੜਤਾ। ਉਹ
ਓਏ ਘੱਟੋ ਘੱਟ ਬਿਸਕੁਟ ਤਾਂ ਚੱਜ ਦੇ ਰੱਖ ਲੋ। ਉਹ ਆਟੇ ਦੇ ਆ, ਲੋਹੇ ਦੇ ਨਹੀਂ, ਟਾਈਮ ਨਾਲ ਮੂੰਹ ਚ ਪਾ ਲਿਆ ਕਰੋ। ਚੱਲ ਹੁਣ ਚਮਚਾ ਦੇ ਦੇ ਲੋਹੇ ਦਾ, ਲਿਆਉਣਾ ਆ ਫੜ। ਥੈਂਕ ਯੂ। ਗੁਰੀ ਕੌਣ ਤੂੰ ਬਾਏ? ਗੁੱਸੇ ਚ ਆਉਂਦੀ ਆ ਉਸਤਾਦ। ਅੰਗਰੇਜ਼ੀ ਸੀ ਜਿਹੜੀ ਮੈਨੂੰ ਨਹੀਂ ਆਉਂਦੀ। ਗੁਰੀ ਤੈਨੂੰ ਕਿੰਨੀ ਵਾਰ ਕਿਹਾ ਪਿੰਡੂਆਂ ਜਾਣਾ ਨਹੀਂ ਘੁੰਮਣਾ? How many times did I tell you? These guys will do nothing in their life. They eat, they sleep, they do nothing. Do you want to be like them? Guri, you will never be successful. Believe me. Reese la rahi meri. Aa dekh la. Guri, don't talk to me until you're not friends with these guys. Don't talk to me. Jab tak tu inna da dost hai. ਯਾਰ ਤੂੰ ਨਾ ਲਾਇਆ ਕਰ ਸੰਗ ਉਹਦੀ, ਗੁੱਸੇ ਹੋ ਗਈ ਉਹ। ਜਾ ਮਨਾ ਹੁਣ ਉਹਨੂੰ। ਓ ਹੈਲੋ, ਮੈਂ ਤੈਨੂੰ ਗੱਲ ਦੱਸਾਂ, ਉਹ ਤਾਂ ਤੂੰ ਕਹਿ ਰਿਹਾ ਮੈਂ ਤਾਂ ਜਾ ਰਿਹਾ ਨਹੀਂ, ਜੱਟ ਦਾ ਐਟੀਟਿਊਡ ਬਹੁਤ ਆ। ਸੈਮੀ ਸੈਮੀ ਹਾਂ ਸੈਮੀ ਸੈਮੀ ਤੂੰ ਤਾਂ ਖਿੱਚੇ ਗਈ ਆ ਸੈਮੀ, ਉਹ ਤੇਰੇ ਤੇ ਥੋੜ੍ਹਾ ਹੱਸੇ, ਮੇਰੇ ਤੇ ਹੱਸੇ ਸੀ। ਫਿਰ ਮੁਰੇ ਜਦੋਂ ਕੋਈ ਅੰਗਰੇਜ਼ੀ ਬੋਲਦਾ ਮੇਰਾ ਹਾਸਾ ਨਿਕਲ ਜਾਂਦਾ, ਮੇਰਾ ਕੀ ਕਸੂਰ ਹੈ? ਉੱਥੋਂ ਮੇਰੇ ਨੱਕ ਚੋਂ ਚਾਹ ਵੀ ਨਿਕਲ ਗਈ। ਛੱਡ ਯਾਰ, ਮੈਨੂੰ ਮਾਫ਼ ਕਰ ਦੇ। ਮਾਫ਼? ਤੈਨੂੰ ਕਿਉਂ? ਕੌਣ ਆ ਤੂੰ? ਆਈ ਵਿਲ ਲਾਈਕ ਯੂ, ਆਈ ਵਿਲ ਲਾਈਕ ਟਾਕਿੰਗ ਟੂ ਯੂ, ਗੈਟ ਆਊਟ ਆਫ ਮਾਈ ਵੇ। ਤੈਨੂੰ ਕੋਈ ਤਮੀਜ਼ ਵੀ ਆ ਕੁੜੀ ਨਾਲ ਗੱਲਾਂ ਕਰਨ ਦੀ? ਆ ਜਾਂਦੇ ਪਤਾ ਨਹੀਂ ਕਿੱਥੋਂ। ਓ ਯਾਰ ਸਿਮੀ, ਸਟਾਪ, ਡੋਨਟ ਸ਼ਾਊਟ ਐਟ ਹਿਮ ਯਾਰ। ਵੇਖ ਕਿਦਾਂ ਹੱਥ ਜੋੜੀ ਖੜਾ। ਸੋ ਇਨਸੈਂਟ, ਬਿਲੀਵ ਮੀ, ਇਟਸ ਮਾਈ ਰਿਸਪੌਂਸਿਬਿਲਿਟੀ। ਤੁਸੀਂ ਦੀ ਰਿਸਪੌਂਸਿਬਿਲਟੀ ਨਾ ਲਓ, ਹੀ ਇਜ਼ ਅ ਡੌਗ। ਓ ਸੈਮੀ, ਘੱਟੋ ਘੱਟ ਡੌਗ ਤੇ ਨਾ ਕਹਿ, ਇੰਨੀ ਕੁ ਕਰੇਜੀ ਤੇ ਮੈਨੂੰ ਆਉਂਦੀ ਹੈ, ਤੁਹਾਡੀ ਵੀ ਕੋਈ ਬੈਂਜੋ ਆ? ਤੇਰੀ ਨਾ ਕਦੀ ਆਦਤਾਂ ਚੇਂਜ ਨਹੀਂ ਹੋਣੀਆਂ, ਯੂ ਵਿਲ ਨੈਵਰ ਚੇਂਜ। ਸੈਮੀ, ਪਿਆਰ ਚ ਤੇ ਬੰਦਾ ਦੁਨੀਆ ਚੇਂਜ ਕਰ ਦਿੰਦਾ, ਇਹ ਤਾਂ ਫਿਰ ਆਪ ਚੇਂਜ ਹੋਣ ਵਾਲੀ ਗੱਲ ਆ। ਤੈਨੂੰ ਕਿਹਨੇ ਪਿਆਰ ਕਰਨਾ? ਤੇਰੀ ਫਰੈਂਡ ਪ੍ਰਿੰਕਾ। ਸ਼ੀ ਇਜ਼ ਮਾਈ ਫਰੈਂਡ, ਤੂੰ ਭੁੱਲ ਜਾ, ਚੱਕ ਲੈ ਕਿੱਥੇ ਆਪਣੀ ਪਰੇ। ਕਿੱਥੋਂ ਆਂ ਤੈਨੂੰ ਚੱਕ ਕੇ? ਆਉ, ਤੇਰਾ ਤਾਂ ਔਖਾ ਹੀ ਹੈ। ਉਹ ਤੂੰ ਮੇਰੀ ਫਿਕਰ ਨਾ ਕਰ, ਆਪਣਾ ਸੋਚ। ਕਿਉਂ?
ਆਏ ਹਾਏ ਸ਼ਾਬਾਸ਼ ਸ਼ਾਬਾਸ਼ ਜਾਮਿਆ ਲੱਗਿਆ ਰਿਹਾ ਡਿਊਟੀ ਤੇ ਕੋਈ ਨਾ ਮੇਰੇ ਵਿਆਹ ਤੋਂ ਬਾਅਦ ਤੈਨੂੰ ਆਪਾਂ ਹੀ ਚਲਾਉਣਾ ਓ ਜਾਮਾ ਨਾ ਦੇਖਿਆ ਕਦੇ ਜਾਮਾ ਤਾਂ ਦੇਖਿਆ ਜੀ ਪਰ ਜਾਮੇ ਵਾਲੀ ਨਹੀਂ ਦੇਖੀ ਤੇਰੇ ਤੇ ਮੈਨੇ ਕਿਤਨੀ ਵਾਰ ਕਹਿ ਦਿਆ ਕਿ ਮੇਰਾ ਪਿੱਛਾ ਛੋੜ ਦੇ ਪ੍ਰਿੰਕਾ ਜੀ ਮੈਂ ਤੁਹਾਡਾ ਪਿੱਛਾ ਕਦੋਂ ਕਰਦਾ ਮੈਂ ਤਾਂ ਆਪ ਹਰਿਆਣਾ ਜਿੱਥੇ ਮੈਂ ਜਾਂਦਾ ਮੁਰੇ ਤੁਸੀਂ ਹੁੰਦੇ ਹੋ ਪ੍ਰਿੰਕਾ ਜੀ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੈਂ ਉਹਨਾਂ ਮੁੰਡਿਆਂ 'ਚੋਂ ਨਹੀਂ ਜਿਹੜੇ ਕੁੜੀਆਂ ਮਗਰ ਪੂਛ ਲਾਉਂਦੇ ਫਿਰਦੇ ਆ ਮੈਂ ਬੜਾ ਸੈਂਪਲ ਹਾਂ ਪ੍ਰਿੰਕਾ ਜੀ ਇੱਕ ਗੱਲ ਕਹਿਣੀ ਛੋਟੀ ਜੀ ਟਾਈਮ ਕੋਨਾ ਮੇਰੇ ਦੋਰੇ ਟਾਈਮ ਤਾਂ ਲੱਗਣਾ ਪ੍ਰਿੰਕਾ ਜੀ ਛੋਟੀ ਜੀ ਗੱਲ ਪ੍ਰਿੰਕਾ ਜੀ ਜੇ ਮੈਂਡ ਨਾ ਕਰੋ ਮੈਂ ਕਰਦਾ ਸਟਾਰਟ ਜੇ ਤੇਰਾ ਤਾਉਂ ਨਾ ਹੋਇਆ ਸਟਾਰਟ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਪ੍ਰਿੰਕਾ ਜੀ ਸਾਡੀ ਡੇਰੀ 'ਚ 3 ਜਨਰੇਟਰ ਪਏ ਆ ਜਾਂ ਟਾਪ ਆਉਣਾ ਜੇ ਡੀਜ਼ਲ ਪਾਉਂਦਾ ਤੇ ਆਪ ਖੱਬੇ ਹੱਥ ਨਾਲ ਸਟਾਰਟ ਕਰਦਾ ਮਿੰਟਾਂ 'ਚ ਇੱਕ ਮੌਕਾ ਦੇ ਦਿਓ ਵਾਹਿਗੁਰੂ ਸੱਚੀ ਪਾਤਸ਼ਾਹ ਇੱਜ਼ਤ ਰੱਖੀ ਅੱਛਾ ਵਾਸ਼ੇ ਟੱਕਿਆ ਹੱਲ ਜੀ ਵੇਖਿਆ ਜੀ ਲੱਤਰਾ ਯਾਰ ਪ੍ਰਿੰਕਾ ਜੀ ਹੁਣ ਤੇ ਗੱਲ ਸੁਣਨੀ ਬਣਦੀ ਆ ਬੋਲ ਹੋ ਪ੍ਰਿੰਕਾ ਜੀ ਹੁਣ ਮੈਨੂੰ ਸੰਗ ਲੱਗੀ ਜਾਂਦੀ ਹੈ ਮੈਂ ਦੱਸਦਾ ਪ੍ਰਿੰਕਾ ਜੀ ਹੋ ਮੈਨੂੰ ਨਾ ਇੱਕ ਸੁਪਨਾ ਆਉਂਦਾ ਸੁਪਨੇ ਜਾਣਾ ਤੁਸੀਂ ਆਪਣੀ ਚਿੱਟੀ ਚਿੱਟੀਆਂ ਬਾਹਾਂ 'ਚ ਲਾਲ ਸੂਹਾ ਚੂੜਾ ਪਾ ਕੇ ਸਾਡੇ ਪਾਣੀ 'ਚ ਬਹਿ ਕੇ ਆਪਣੇ ਗੋਰੇ ਗੋਰੇ ਹੱਥਾਂ ਨਾਲ ਕਾਲੀਆਂ ਕਾਲੀਆਂ ਮੱਝਾਂ ਦਾ ਦੁੱਧ ਚੁੱਕ ਕੇ ਢੋਲੀਆਂ 'ਚ ਪਾਉਂਦੇ ਹੋ ਤੇ ਆਪਣੇ 5-7 ਜਵਾਕ ਢੋਲੀਆਂ ਦੇ ਆਲੇ ਦੁਆਲੇ ਖੇਡਦੇ ਫਿਰਦੇ ਨੇ ਤੇ ਢੋਲੀਆਂ 'ਤੇ ਵੱਡਾ ਵੱਡਾ ਲਿਖਿਆ ਸਰਦਾਰ ਖੜਕ ਸ਼ੇਰ ਸਿੰਘ ਪਿੰਡ ਭੋਜੜੀ ਅਤੇ ਸਰਦਾਰਨੀ ਪ੍ਰਿੰਕਾ ਕੌਰ ਸੋਚੀਏ ਕਿੰਨਾ ਵਧੀਆ ਲੱਗਦਾ ਆਈ ਲਵ ਯੂ ਟਿੰਕਿਆ ਸਮਝ ਇਹ ਚਪੇੜ ਨਹੀਂ ਸੀ ਇਹ ਹਿੰਟ ਸੀ ਚਲ ਦਿਖਾਈ ਅੜ ਜਾ ਉਹ ਕਿੱਥੇ ਗਈ ਤੇਰੀ ਬੁਕਰੀ ਓਏ ਅਖੇ ਮੈਂ ਖੜਕ ਸ਼ੇਰ ਸਿੰਘ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਉਹ ਲੱਫੜ ਮਾਰਿਆ ਉਹਨੇ ਭਗਾ ਕੇ ਬਾਂਦਰ ਦੀ ਢੂਈ ਵਾਂਗੂ ਮੂੰਹ ਲਾਲ ਕਰਤਾ ਆਇਆ ਵੱਡਾ ਚੱਲ ਇਹ ਪਿਆਰ ਦੇ ਨਿਸ਼ਾਨ ਨੇ ਵੀਰੇ ਤੇ ਤੂੰ ਬਹੁਤੀਆਂ ਦੰਦੀਆਂ ਕੱਢੀ ਜਾਂਦਾ ਜਦੋਂ ਅਮਨ ਮੂਹਰੇ ਆਉਂਦੇ ਤੇਰੇ ਤੋਂ ਉਹਦੇ ਮੂਹਰੇ ਗੱਲ ਹੁੰਦੀ ਆ ਐ ਕੰਬਣ ਲੱਗ ਜਾਂਦਾ ਚਾਰਲੀ ਚੈਕਲਿਨ ਵਾਂਗੂ ਅਮਨ ਨੂੰ ਲੈ ਕੇ ਮਜ਼ਾਕ ਨਹੀਂ ਕਰਨਾ ਅਮਨ ਨੂੰ ਲੈ ਕੇ ਤਾਂ ਮੈਂ ਮਜ਼ਾਕ ਹੀ ਨਹੀਂ ਕੀਤਾ ਮੈਂ ਤੋਤੇ ਨੂੰ ਲੈ ਕੇ ਕੀਤਾ ਫੇਰ ਠੀਕ ਆ ਸਾਰੇ ਪਹਿਲੀ ਕਸ਼ਤੀ ਤੋਂ ਇਕੱਠੇ ਪੜ੍ਹਦੇ ਹੋ ਕਦੇ ਐ ਕਰਕੇ ਜ਼ਿੰਦਗੀ 'ਚ ਉਹਨੂੰ ਟੱਚ ਕੀਤਾ ਇੱਧਰ ਵੇਖ ਚੌਥੀ ਮੁਲਾਕਾਤ 'ਚ ਜੱਟ ਨੇ 5 ਉਂਗਲਾਂ ਛਪਵਾ ਲੀਆਂ ਇਹਨੂੰ ਕਹਿੰਦੇ ਆ ਲਵ ਬੋਲੇ 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 ਖੜਕਸ਼ੇਰ ਸਿੰਘ ਜੀ ਐਡੀ ਬਹਾਦਰੀ ਥੋੜਾ ਹੋਰ ਲਾਭ ਵਿਖਾ ਦਿੰਦਾ ਅਗਲੀ ਦੂਜੇ ਪਾਸੇ ਵੀ ਛਾਪ ਜਾਂਦੀ ਤੁਹਾਨੂੰ ਕੀ ਪਤਾ ਵੱਡੇ ਸ਼ਾਹੀਆਂ ਨੂੰ ਫੀਲਿੰਗਾਂ ਕੀ ਹੁੰਦੀਆਂ ਓਏ ਮੇਰੇ ਕੰਨਾਂ 'ਚ ਤਾਂ ਅੱਜ ਵੀ ਆਵਾਜ਼ ਆਈ ਜਾਂਦੀ ਹੈ ਵੀਰੇ ਜਿਵੇਂ ਦੂਰ ਪੈਲੀਆਂ 'ਚ ਕੋਈ ਬੀਂਡਾ ਫੋੜ ਰਿਹਾ ਹੁੰਦਾ ਹੈ ਸੁਣੋ 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 ਆਈ ਵਾਰ ਉਹ ਸਾਲਾ ਤੇਰਾ ਫੋਨ ਵੱਜਣ ਡਿਆ ਫੋਨ ਐਕਸਕਿਊਜ਼ ਮੀ ਹੈਲੋ ਨਹੀਂ ਬਸ ਠੀਕ ਆ ਵਧੀਆ ਮੈਂ ਸਵੇਰੇ ਮਿਲਦਾ ਪਰ ਮੈਂ ਬੈਠਾ ਸੀ ਕਿਤੇ ਕਿੰਨੇ ਚਾਹੀਦੇ ਨੇ ਠੀਕ ਹੈ ਮੈਂ ਸਵੇਰੇ ਲੈ ਕੇ ਆਉਣਾ
ਠੀਕ ਹੈ, ਚਲੋ ਸ਼ਿਵਰਾਤਰੀ। ਚੀਜ਼ੀ ਆ ਨਾ ਓਏ। ਨਹੀਂ ਚੀਜ਼ੀ ਨਹੀਂ ਹੈ, ਚੀਜ਼ੀ ਤਾਂ ਆਪਣੀ ਪ੍ਰਿੰਕਾ ਹੀ ਯਾਰ, ਇਹ ਤਾਂ ਘਰੋਂ ਸੀ ਖਾਸ ਹਾਂ। ਓਏ ਅਸ਼ਾ ਰਿਜਕ ਦੀ ਸੁਣ ਬਸ, ਆਜੋ ਆਜੋ ਇੱਕ ਇੱਕ ਹੋਰ ਲੈਂਦੇ ਯਾਰ ਆਜੋ। ਦਸ ਹਜ਼ਾਰ 990 ਰੁਪਈਏ ਅਤੇ 90 ਪੈਸੇ, ਆਹ ਤਾਂ ਬਚਾ ਹੀ ਲਏਗਾ, ਨਹੀਂ ਤਾਂ ਇਹਨੇ ਉਹ ਵੀ ਲੈ ਜਾਣੇ। ਕੀ ਦਿੰਦੀਆਂ ਕੱਢੀ ਜਾਂਦਾ ਮੂੰਹ ਤੇ ਹੱਥ ਕੋ ਰੱਖੇ, ਕੁਝ ਵਜ੍ਹਾ ਨਹੀਂ? ਵਜ੍ਹਾ ਤਾਂ ਕੁਛ ਨਹੀਂ ਬਾਪੂ, ਉਹ ਮੇਰੀ ਅਕਲ ਦਾੜ ਆ ਰਹੀ ਆ। ਬਸ ਦਾੜੀ ਆਉਣੀ ਆ, ਅਕਲ ਨਹੀਂ ਆਉਣੀ ਬਾਪੂ। ਇਹਨਾਂ ਬਾਰੇ ਨਾ ਬੋਲਿਆ ਕਰ, ਇਹੋ ਜਿਹੀਆਂ ਗੱਲਾਂ ਮੇਰੇ 'ਤੇ ਹੱਸਦੇ ਆ ਬਾਅਦ 'ਚ। ਲੈਦੇ ਤੇ ਬਾਪੂ ਮੂੰਹ ਚੱਕ ਕੇ ਪੈਸੇ ਮੰਗਣ ਆ ਜਾਣਾ, ਪੈਸੇ ਰੱਖਣ ਲੱਗਦੇ ਆ ਬਾਪੂ। ਜ਼ਰੂਰੀ ਹੈ, ਦੱਸਿਆ ਸੀ ਸਾਡੇ ਕਾਲਜ 'ਚ ਕਰਾਤਾ, ਇਹਨੇ ਗੁਰੀ ਨੇ ਭੇਟਾਂ ਗਾਉਣੀਆਂ ਮਾਤਾ ਦੀਆਂ, ਦੀਪ ਨੇ ਚਿਮਟਾ ਵਜਾਉਣਾ। ਤੂੰ ਕੀ ਕਰਨਾ? ਮੈਂ ਮਾਤਾ ਰਾਣੀ ਦਾ ਸ਼ੇਰ ਬਣਨਾ। ਤੂੰ ਮੋਰ ਬਣੀ, ਪਹਿਲਾਂ ਪਾਉਂਦਾ ਸੋਹਣਾ ਲੱਗੇਗਾ। ਉਹ ਬਸ ਕਰੋ ਪਾਪਾ ਜੀ, ਐਵੇਂ ਜਵਾਕ ਦੇ ਪਿੱਛੇ ਪੈ ਰਹਿੰਦੇ ਹੋ। ਉਹ ਇਹਦਾ ਤਾਂ ਕਸੂਰ ਹੀ ਕੋਈ ਨਹੀਂ, ਕਸੂਰ ਤਾਂ ਇਹਦੀ ਰਹਿਣੀ ਬਹਿਣੀ ਦਾ। ਰਹਿਣੀ ਬਹਿਣੀ ਵਿੱਚ ਕਿੱਥੋਂ ਆ ਗਈ ਓਏ? ਬਸ ਇਹੀ ਫਰਕ ਆ ਤੁਹਾਡੀ ਤੇ ਮੇਰੀ ਸੋਚ 'ਚ। ਤੇਰੇ ਕੋ ਨੰਬਰ ਓਏ? 95% ਤੇ ਤੇਰੇ ਜੀ? 65 ਜੀ। ਤੇ ਤੇਰੇ ਪੁੱਤ? 33% ਆ ਜੀ। ਉਹ ਜੇ ਨੰਬਰ ਲੈਂਦੇ ਹੀ ਹੋ, ਆਪਸ ਵੰਡ ਕੇ ਲੈ ਲਿਆ ਕਰੋ। ਤੇਰੇ ਯਾਰ ਹੈ? ਫੜਾ ਮੂੰਹ ਇਹੋ ਜਿਹੀ ਯਾਰੀ ਦੇ, ਨੰਬਰ ਤੇ ਆਪਸ 'ਚ ਮਿਲਦੇ ਨੀ। ਹੋ ਗਿਆ ਤੇਰਾ? ਨਹੀਂ ਲੱਗਣਾ ਟਾਈਮ। ਆ ਚੱਕ ਪੈਸੇ, ਹੁਣ ਅਗਲੀ ਵਾਰ ਪੈਸੇ ਤਾਂ ਮੰਗਣਾ ਹੀ ਜੇ ਪਾਸ ਹੋ ਗਿਆ ਤੇ। ਤਿੱਤਰੋ ਜਾ, ਚੱਲ ਚਲੋ ਭਾਜੋ ਜੀ ਸਰ, ਚੱਲ ਕੋ। ਓਏ ਛੇਤੀ ਬਣਾ। ਉਹ ਮੇਰੇ ਨਾਲ ਵੀ ਛੇਤੀ ਬਣਾ ਗਿਆ। ਉਹ ਯਾਰ ਆ ਕਿਹਦਾ ਜਵਾਕ ਚੁੱਕੀ ਫਿਰਦਾ? ਉਹ ਬੁੱਜੜਾ ਟੈਡੀ ਬੀਅਰ ਹੈ, ਏਡਾ ਵੱਡਾ। ਸ਼ੇਰੂ ਤੇਰੇ ਤੋਂ ਉਮੀਦ ਨਹੀਂ ਸੀ। ਉਹ ਕਿਹੜੀ ਉਮੀਦ? ਜਸਟ ਫਰੈਂਡ ਆ। ਅੱਛਾ ਜਸਟ ਫਰੈਂਡ, ਸਾਨੂੰ ਕਦੀ ਚਾਹ ਨੀ ਪੁੱਛੀ ਤੂੰ, ਉਹਨੂੰ ਗਿਫਟ ਪਾਊ ਐਡੇ ਗਿਫਟ ਉਹਨੂੰ। ਹਾਂ ਚੀਜੀ ਸੀ ਨਾ ਓਏ? ਉਹ ਨਹੀਂ ਯਾਰ ਭਾਊ, ਚੀਜੀ ਮੇਰੀ ਸਿਰਫ ਪ੍ਰਿੰਕਾ। ਕਾ ਸੌ ਸੌਣ ਲੱਗੇ? ਨਹੀਂ ਨਹੀਂ ਆ ਨੀ, ਯਾਰੀ ਦੀ ਸੌਂਕ ਆ। ਯਕੀਨ ਨੀ ਤੁਹਾਨੂੰ ਯਾਰ? ਨਾ ਯਾਰੀ ਦੀ ਸੌਂ ਹੁਣ ਆ ਜੂਗੀ ਖੁੱਲ ਕੇ। ਹਾਂ ਕਮਾਲ ਕਰਦੇ ਹੋ, ਆਓ ਚੱਲੀਏ। ਤੇਰੀ ਭਾਵੀ ਬਹੁਤ ਗੁੱਸਾ ਨਾ ਬਿਕੋ ਬਿਕੋ ਆਏ ਤੇ ਬੋੜਾ ਹੋਇਆ।
ਉਹ ਨਾਲ ਖੜਾ ਲੋਕੇਸ਼ਨ ਭੇਜੀ ਜਾਂਦਾ। ਉਹ ਲੜਾਈ ਵਾਲਾ ਮਾਹੌਲ ਸੀ ਨਾ ਫਿਰ, ਆਦਤ ਪਈ ਮੈਂ ਭੇਜਤੀ। ਦਿਲ ਚੀਰ ਕੇ ਦੇਖਦਾ ਰਹੀ ਨਾਮ ਹੋਗਾ ਪਿੰਕੂ, ਸ਼ਕਲ ਤੇ ਨਾ ਜਾ ਡਾਰਲਿੰਗ। ਆਪਣਾ ਰੂਹਾਂ ਦਾ ਤਾਂ ਪਿਆਰਾ ਯਾਰ, ਪਰੇ ਨਾ ਰੋਡ ਵੇ ਜਾ ਕੇ ਪਰੇ ਮਰ ਜਾ ਯਾਰ। ਭਾਈ ਓ ਭਾਈ ਉਧਰ ਦੇਖ, ਉਧਰ ਆਓ ਦੇਖ। ਓ ਨਾ ਨਾ ਪਿੰਕੂ, ਗੁੱਸਾ ਸੇਤ ਲਿਆ ਨਿਕਾਰ ਕੋਨਾ ਬੁਕੇ। ਆ ਕੌਣ ਹੈ? ਕਾਲੀ ਬੇਟਾ, ਮੈਂ ਕਾਲੀ ਦੀ ਨਹੀਂ ਗੋਰੀ ਦੀ ਗੱਲ ਕਰ ਰਹੀ। ਪ੍ਰਿਯੰਕਾ। ਅੱਛਾ, ਆ ਯਾ ਪ੍ਰਿਯੰਕਾ। ਤਿਲਕ ਲੈ ਦਈ ਉਸਤਾਦ, 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 ਉਸਤਾਦ ਬਚਾ ਲੈ ਮੈਨੂੰ, ਅੱਜ ਕਾਲੀ ਨੂੰ ਮਾਰ ਦੇਣਾ ਉਹਦੇ ਪਿਆਰ ਨੇ, ਉਹ ਆ ਗਈ। ਮੇਰੇ ਪਾਛੇ ਆ ਗਿਆ ਨਾ ਤੂੰ, ਆਜ ਕੇ ਬਾਅਦ ਚੀਰੂੰਗੀ ਕੰਮ ਔਰ ਫੜ ਦੂੰਗੀ ਜਾਦਾ। ਜੋ ਹੁਕਮ। ਸੋਹਣੀਆਂ ਕੁੜੀਆਂ ਤੋਂ ਚੀਰ ਫੜ ਕਰਾਉਣ ਦਾ ਸਵਾਦ ਹੀ ਬਹੁਤ ਆਉਂਦਾ ਪ੍ਰਿਯੰਕਾ ਜੀ। ਜੇ ਸਵਾਦ ਨਾ ਆਪਣੇ ਘਰਾਂ ਨੇ ਜਾ ਕੇ ਲਈਏ। ਮੈਂ ਫੜ ਲਾ ਬਦਲਾ ਲੈਣਾ ਆਪਾਂ, ਲੈਣਾ ਪਿਆਰ ਨਾਲ। ਤੂੰ ਪੁੱਤ ਜਿੰਨਾ ਦੇਖਣਾ ਅੱਜ ਦੇਖ ਲੈ। ਪੀਤ
ਕੁਰੀ ਪੁਲਿਸ ਯਾਰ ਆ ਵੀ ਕਿੱਧਰ ਇੱਧਰ ਕਿੱਧਰੋਂ ਇੱਧਰੋਂ ਆ ਫੂਕ ਮਾਰੋ ਇਹ ਚ ਬਾਈ ਜੀ ਮੈਂ ਮਾਰਦਾ ਫੂਕ ਅਸੀਂ ਥੋੜੀ ਜਿਹੀ ਪੀਤੀ ਹੈ ਲਾਉਂਦੇ ਤੇਰੀ ਥੱਲੇ ਆਓ ਥੱਲੇ ਆ ਬਾਈ ਲਾਇਸੈਂਸ ਲੈ ਗਿਆ ਜੈਨ ਜੀ ਇੱਕ ਮਿੰਟ ਜੀ ਇੱਕ ਮਿੰਟ ਓ ਗੱਲ ਸੁਣੋ ਗੱਲ ਸੁਣੋ ਪੰਜਾਬੀ ਵੀਰੋ ਦੇਖੋ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ ਅੱਜ ਜਿਹੜਾ ਬੰਦਾ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਨਾ ਨਿਹਾਇਤੀ ਘਟੀਆ ਤੇ ਕਰਪਟ ਬੰਦਾ ਆ ਇਹਦੀ ਭੋਲੀ ਸ਼ਕਲ ਦੇ ਨਾ ਜਾਇਓ ਬਹੁਤ ਘਟੀਆ ਬੰਦਾ ਆ ਵੀਰੇ ਸਾਡੀ ਕਹਿੰਦੇ ਸੁਣੀ ਅਸੀਂ ਤਾਂ ਆਮ ਬੰਦੇ ਆ ਵੀਰੇ ਸਾਡਾ ਕਿਹੜਾ ਬਾਪੂ ਐਮ ਪੀ ਆ ਜਿਹੜਾ ਸਿਫਾਰਸ਼ ਫੂਸ ਲਾ ਕੇ ਛੁੱਟ ਜਾਈਏ ਪਾਊ ਪਾਊ ਖਰਜਾ ਖਰਜਾ ਪੈਸੇ ਨਹੀਂ ਫੜਾਉਣੇ ਉਹ ਪੈਸੇ ਹੀ ਫੜਾਈ ਨਾ ਤੂੰ ਉਹ ਹੋ ਗਈ ਮੇਰੀ ਗੱਲ ਪਰ ਜਨਾਬ ਸੁਰੇ ਬੰਦੇ ਪੈਸੇ ਲਈ ਜਾਂਦੇ ਸਾਡੇ ਤੋਂ ਤੁਸੀਂ ਰੋਕੋ ਸਾਡਾ ਕਸੂਰ ਹੈ ਸਾਡਾ ਚਲਾਨ ਕੱਟੋ ਜੱਟ ਚਲਾਨ ਭੁਗਤੂ ਜਨਾਬ ਆਪਣੀ ਤੇ ਰਿਸ਼ਤੇਦਾਰੀ ਨਿਕਲੀ ਹਰਿਆਣੇ ਵਾਲੇ ਰਿਸ਼ਤੇਦਾਰ ਨੇ ਭਾਊ ਜਨਾਬ ਜਨਾਬ ਛੋਟੀ ਕੁੜੀ ਲਿਆ ਰੇ ਪਟਾ ਜੀ ਚੁੱਪ ਕਰ ਜਾ ਮੋਟੇ ਜਿਹਾ ਥੋਪੜ ਮਰੂੰ ਕੋਈ ਹੈ ਇੱਥੇ ਵੀਰ ਭਰਾ ਕੋਈ ਬੀਬੀ ਭੈਣਾ
ਹਾਂ ਵੀਰੇ ਵੀਰੇ ਬੜੀ ਭੁੱਖ ਲੱਗੀ, ਅੱਲਾ ਦੇ ਨਾਂ ਤੇ ਕੁਛ ਖਵਾ ਦੇ ਵੀਰੇ। ਲੈ ਬਾਬਾ ਯਾ ਅੱਲਾ ਬਹੁਤ ਕੁਛ। ਵੀਰੇ ਇਹ ਤਾਂ ਠੀਕ ਹੈ, ਬਰਗਰ ਪੀਜ਼ਾ ਨਹੀਂ ਖਵਾ ਸਕਦੇ। ਬਾਬੇ ਆ ਖੀਰ ਖਾਣੀ, ਖੀਰ ਖਾ ਲਾ। ਵੀਰ ਮੈਂ ਅੰਨਾ ਮੈਂ ਖੀਰ ਕਦੀ ਖਾਧੀ ਨਹੀਂ ਹੈ, ਖੀਰ ਕਿਹੋ ਜਿਹੀ ਹੁੰਦੀ ਹੈ? ਬਾਬੇ ਚਿੱਟੇ ਰੰਗ ਦੀ ਹੁੰਦੀ ਹੈ, ਆਲਾ ਖਾ ਲਾ। ਵੀਰ ਮੈਂ ਅੰਨਾ ਹੈ, ਮੈਨੂੰ ਚਿੱਟਾ ਰੰਗ ਵੀ ਨਹੀਂ ਪਤਾ, ਚਿੱਟਾ ਰੰਗ ਕਿਹੋ ਜਿਹਾ ਹੁੰਦਾ? ਬਾਬੇ ਚਿੱਟਾ ਰੰਗ ਬਗਲੇ ਵਰਗਾ ਹੁੰਦਾ। ਓ ਭਰਾਵਾ ਮੈਂ ਅੰਨਾ, ਮੈਨੂੰ ਨਹੀਂ ਪਤਾ ਬਗਲਾ ਕਿਹੋ ਜਿਹਾ ਹੁੰਦਾ। ਬਗਲਾ? ਹਾਂ ਅੱਲਾ ਰੇ ਤੁਹਾਡੇ ਤੇ ਬਹੁਤ ਆਵੇ ਬਾਬਾ, ਬਗਲਾ ਇਹੋ ਜਿਹਾ ਹੁੰਦਾ। ਕਿੱਥੇ ਹੈ, ਕਿੱਥੇ ਹੈ ਐ ਇਹ ਬਗਲਾ ਹੈ? ਮੈਨੂੰ ਕਹਿੰਦਾ ਮੈਂ ਖੀਰ ਖਾਣੀ ਆ, ਮੈਂ ਕਿਹਾ ਖਾ ਲਾ। ਵਾਹਿਗੁਰੂ ਜੀ, ਲੱਗਦਾ ਛਾਲੇ ਪੈ ਗਏ। ਪੈਸੇ ਦੇ ਦੇ, ਹੋ ਗਏ ਨਿਕਲ ਕੇ। ਇੰਨੇ ਪੈਸੇ ਕੀ ਕਰਨੇ ਤੂੰ? ਉਹ ਮੈਨੂੰ ਲੋੜ ਹੈ, ਮੈਂ ਤੁਹਾਨੂੰ ਫੇਰ ਦੱਸਦਾ, ਠੀਕ ਹੈ? ਖੀਰ ਖਾ ਲਓ, ਮੇਰੀਆਂ ਕਿਤਾਬਾਂ ਲੈ, ਹੋਸਟਲ ਮਿਲਦੇ, ਠੀਕ ਹੈ? ਚੱਲ ਚੰਗਾ। ਓਕੇ ਓਏ ਆਏ, ਭੁੱਲ ਗਿਆ ਸੀ ਯਾਰ। ਛੀ, ਕਿੰਨਾ ਗੰਦਾ ਕੱਪ ਆ। ਗੰਦਾ? ਹੋ ਗਿਆ, ਭੱਜ ਜਾ ਉੱਥੋਂ। ਦੀਦੀ ਕੱਲ ਕਿੰਨਾ ਮਜ਼ਾ ਆਇਆ ਨਾ, ਸਭ ਕੁਝ ਕਿੰਨਾ ਪਰਫੈਕਟ ਸੀ, ਐਕਸੈਪਟ ਉਹ ਪਿੰਡ ਨੂੰ ਲੈ ਕੇ। ਯਾਰ ਬੰਦੇ ਚ ਕੋਈ ਮੈਨਰਸ ਨਹੀਂ, ਕਿੱਦਾਂ ਨੱਚੀ ਜਾਂਦਾ ਸੀ ਉਹ। ਯਾਰ ਇਦਾਂ ਦੇ ਲੋਕ ਨਾ ਹੋਣੇ ਨਹੀਂ ਚਾਹੀਦੇ ਸੋਸਾਇਟੀ ਚ, ਗੰਦ ਪਾਇਆ ਹੋਇਆ। ਲਾਈਕ ਹੀ ਸੋ ਗਰੋਸ, ਕੈਨ ਸਟੈਂਡ ਦੈਟ ਗਾਇ। ਸਿੰਮੀ ਕਿਉਂ ਉਸਕੇ ਪਿੱਛੇ ਪੜੀ ਰਹੇ ਵੈਸੇ ਤੂੰ? ਯਾਰ ਮੈਨੂੰ ਨਹੀਂ ਪਤਾ, ਬੰਦੇ ਚ ਸਟੈਂਡਰਡ ਹੋਣਾ ਚਾਹੀਦਾ ਕਮ ਸੇ ਕਮ। ਨਹੀਂ ਦੀਦੀ, ਕਿੰਨਾ ਤਾਂ ਕਿਊਟ ਆ ਵਿਚਾਰਾ। ਖਬਰਦਾਰ ਜੇ ਤੈਨੂੰ ਕਿਊਟ ਕਿਹਾ ਤਾਂ, ਮੈਂ ਨਹੀਂ ਸੁਣਨਾ ਸਭ ਕੁਛ, ਸਪੈਸ਼ਲੀ ਫਰਮ ਯੂ। ਜਿੱਜਾ ਜੀ ਆਉਣ ਲੱਗ ਰਿਹਾ। ਔਰ ਜੀਜੇ ਸਭ ਠੀਕ ਸੈ ਨਾ? ਔਰ ਕਿੱਦਾਂ ਵੋ ਤੇਰਾ ਕਿਊਟੀ ਪਾਈ? ਓ ਕਿਊਟੀ ਪਾਈ, ਵਾਹ! ਉਹ ਤੂੰ ਬਹਿ ਜਾ ਚੁੱਪ ਕਰਕੇ, ਥੈਂਕ ਗੋਡ ਉਹ ਨਹੀਂ ਆਇਆ, ਨਹੀਂ ਤਾਂ ਚਿੰਬੜ ਜਾਣਾ ਸੀ ਹੁਣੇ ਸਾਨੂੰ, ਲਾਈਕ ਅ ਗੋਸਟ। ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਦਿਸਦੀ ਆਪਣੇ ਯਾਰ ਚ, ਐਡਾ ਘੈਂਟ ਬੰਦਾ ਆ, ਤੁਸੀਂ ਪਤਾ ਨਹੀਂ ਉਹਦੇ ਪਿੱਛੇ ਕਿਉਂ ਪਏ ਆ। ਮਾਰਕ ਮਾਈ ਵਰਡਸ, ਬੇਇੱਜ਼ਤੀ ਕਰਾਊਗਾ ਇੱਕ ਦਿਨ ਤੁਹਾਡੀ, ਬਲੀਵ ਮੀ। ਬਸ ਕਰ ਯਾ ਸਿਮੀ, ਡੋਂਟ ਕ੍ਰੋਸ ਯੋਰ ਲਿਮਿਟ, ਐਵੇਂ ਬੋਲਦੀ ਰਹਿੰਦੀ ਆ ਯਾਰ ਉਹਨੂੰ। ਮੈਂ ਤਾਂ ਬਸ ਬੋਲ ਰਹੀ ਹਾਂ, ਦੇਖ ਲਓ ਕੀ ਹੋ ਰਿਹਾ। ਕਿੱਥੇ ਗਿਆ ਸੀ ਤੂੰ? ਮੈਂ ਜ਼ਰੂਰੀ ਕੰਮ ਗਿਆ ਸੀ ਵੀਰੇ। ਉਹ ਕਿਹੜਾ ਕੰਮ? ਕੁੜੀ ਨੂੰ ਘੁਮਾਉਣ ਡਿਆ ਸੀ ਤੂੰ? ਕਿਹੜਾ ਡਿਆ ਸੀ ਪਿਆ ਸੀ? ਉਹੀ ਮਰੀ ਜਾਂਦਾ, ਕਿਹੜੀ ਕੁੜੀ? ਉਹ ਜਿਹਨੂੰ ਟਰੈਕਟਰ ਤੇ ਬਿਠਾ ਕੇ ਗੇੜੀਆਂ ਮਾਰਿਆ ਸੀ, ਅਮਨ ਪ੍ਰਿਯੰਕਾ ਸਿਮਰਨ ਸਾਰਿਆਂ ਨੇ ਦੇਖਿਆ। ਪ੍ਰਿਯੰਕਾ ਨੇ ਵੀ ਵੇਖ ਲਿਆ? ਹਾਂ, ਉਹ ਛਟਿਆਰ। ਉਹ ਵੀਰੇ, ਉਹ ਆਪਣੇ ਕਾਲਜ ਦੀ ਕੁੜੀ ਸੀ, ਵਿਚਾਰੀ ਰਾਜ ਖੜੀ ਸੀ ਉਹਦੇ ਪੈਰ ਚ ਮੁਟਾ ਕੇ, ਕਹਿੰਦੀ ਵੀਰੇ ਵੀਰੇ ਮੈਨੂੰ ਛੱਡ ਦੇ, ਮੈਂ ਖਾ ਲਿਆ ਭੈਣੇ ਛੱਡ ਦਿੰਦਾ।
ਆ ਡਰਾਮੇ ਜੇ ਨਾ ਕਰ, ਗੱਲ ਦੱਸ ਕੀ ਆ। ਸੱਚੀ ਕਹਿੰਦਾ ਵੀਰੇ, ਉਹਨੇ ਲੈਫਟ ਮੰਗੀ ਸੀ, ਮੈਂ ਲੈਫਟ ਦਿੱਤੀ ਆ। ਜਿੱਦਾਂ ਤੂੰ ਦੰਦੀਆਂ ਕੱਢਣ ਡਿਆ ਸੀ ਨਾ, ਲਿਫਟ ਵਾਲੀ ਗੱਲ ਨਹੀਂ ਕੋਈ ਲੱਗੀ? ਹਾਂ, ਦੰਦੀਆਂ ਕੱਢੀਆਂ ਸੀ ਮੈਂ। ਆਪਾਂ ਉਹ ਦੇਖ, ਤੁਹਾਨੂੰ ਮੇਰੇ ਤਾਂ ਯਕੀਨ ਨਹੀਂ। ਨਾ ਦੱਸ, ਸੌਂਹ ਖਾ। ਅੱਛਾ, ਸੌਂਹ ਖਾਊਂਗਾ ਫਿਰ ਯਕੀਨ ਆ ਜੂਗਾ ਵੀਰੇ। ਲਓ ਯਾਰ, ਜਾਰੀ ਦੀ ਸੌਂਹ। ਬਸ ਮਖੌਲ ਬਣਾਇਆ ਤੁਸੀਂ ਯਾਰ, ਮਿੰਟ ਬਾਅਦ ਜਾਰੀ ਦੀ ਸੌਂਹ ਖਵਾ ਦਿੰਦੇ ਹੋ। ਚੱਲ ਚੱਲ, ਚੰਗਾ ਯਾਰ, ਚੰਗਾ ਯਾਰ, ਸੌਰੀ। ਉਹ ਨਹੀਂ ਛੱਡ ਯਾਰ, ਤੂੰ ਤੇ ਚਰਿੱਤਰ ਤੇ ਛੱਡ ਕਰਦਾ ਯਾਰ। ਯਾਰ ਉਹ ਚਰਿੱਤਰ ਕਿੱਥੋਂ ਆ ਗਿਆ? ਤੂੰ ਸੁਣਾ ਹੋ ਯਾਰ, ਚੱਲ ਆ ਜਾ ਪੱਟ ਮੈਂ ਯਾਰ। ਕੀ ਹੋਇਆ? ਆਲਾ ਤੇਰੇ ਨੋਚ, ਮੈਂ ਕਾਫੀ ਕਰ ਲਏ ਸੀਗੇ। ਤੇਰਾ ਬੁਖਾਰ ਉਤਰਿਆ ਨਹੀਂ? ਨਹੀਂ। ਕਿਉਂ? ਕਨੇਡੀਏ, ਪਤਾ ਨਹੀਂ ਕਦੋਂ ਖੇੜਾ ਛੱਡਣਾ ਹੈ ਨਾ। ਮੇਰੀ ਛਤਰੀ ਕਨੀਚਾ ਆ ਜਾ, ਕਿਉਂ ਭੀਗਰ ਕਮਲਾ ਖੜੀ ਖੜੀ। ਕੀ ਹੋਇਆ? ਲੋਕੇਸ਼ਨ ਭੇਜੀ। ਮੇਰਾ ਚੈੱਕ ਵਾਲਾ ਕੱਚਾ ਕਿੱਥੇ ਵੀਰੇ? ਤੈਨੂੰ ਕਿੱਦਾਂ ਪਤਾ ਲੱਗਾ ਮੈਨੂੰ ਗਾਲ ਕਿੰਨੀ? ਇਹਦੇ ਕੰਮ ਹੀ ਗਾਲਾਂ। ਅਸਾਂ ਕਿਹਨੇ ਪਾਇਆ? ਜਿੰਨੀ ਵੀ ਪਾਇਆ ਲਾ ਦਿਓ, ਮੈਂ ਜਾਣਾ। ਮੇਰਾ ਕਸ਼ਾ ਨਾ ਪਾਇਆ ਕਰੋ, ਲਾਓ ਫਟਾਫਟ। ਦਿਲ ਤੋਂ ਲਵ ਯੂ ਪ੍ਰਿੰਕਾ। ਬਸ ਆਹੀ, ਆਈ ਲਵ ਯੂਰ ਐਟੀਟਿਊਡ।
ਐਟੀਟਿਊਡ ਪ੍ਰਿੰਕਾ ਤੇਰੀ ਮੇਰੀ ਜੋੜੀ ਬਹੁਤ ਲੰਬੀ ਜਾਣੀ ਹੈ ਟਰਸਟ ਮੀ ਡਰ ਤਾਂ ਨਹੀਂ ਲੱਗਦਾ ਤਮਸੇ ਤਾਂ ਮਾਰੇ ਰਿਆਣੇ ਕੀ ਭੈਂਸ ਵੀ ਕੌਣ ਨਾ ਡਰੇ ਬੈਸ ਡਰਾ ਕੇ ਆਪਾਂ ਕਿਹੜਾ ਉਹਦੀ ਧਾਰ ਕੱਢਣੀ ਹੈ ਜੀ ਦੇਖ ਪ੍ਰਿੰਕਾ ਮੈਨੂੰ ਭੁੱਲ ਜਾ ਬਸ ਉਸਤਾਦ ਨੂੰ ਹਾਂ ਕਰ ਦੇ ਓਏ ਇੱਥੇ ਤੇਰੀ ਮਦਦ ਕਰਨ ਵਾਲਾ ਵੀ ਕੋਈ ਨਹੀਂ ਹੁਣ ਤਾਂ ਰੱਬ ਵੀ ਸੌਂ ਗਿਆ ਹੋਣਾ ਬੁੱਗੇ ਅਜੇ ਨਹੀਂ ਸੁੱਤਾ ਅਜੇ ਜਾਗਦਾ ਹੀ ਆ ਤੇ ਸੌਂ ਜਾ ਭਰਾਵਾ ਤੈਨੂੰ ਕਿਸੇ ਨੇ ਮਨਾ ਕੀਤਾ ਟੋਏ ਤੋਂ ਬਚਾ ਕੇ ਵੀਰੇ ਵੀਰੇ ਮੈਂ ਅੱਜ ਪ੍ਰਪੋਜ਼ ਕਰਨਾ ਸੀ ਤੁਹਾਨੂੰ ਪਰ ਮੈਂ ਜਦੋਂ ਤੇਰੇ ਫੁੱਲ ਦਾ ਹਾਲ ਵੇਖਿਆ ਨਾ ਮੇਰੀ ਹਿੰਮਤ ਜਵਾਬ ਦੇ ਗਈ ਮੈਂ ਕਿਹਾ ਬੜੀ ਬੇਇੱਜ਼ਤੀ ਕਰਦੀ ਹੈ ਇਹ ਗੱਲ ਸਾਰੇ ਵੀਰੇ ਇਕੱਠੇ ਹੋਏ ਹੋ ਰੱਖੜੀ ਅੱਜ ਕਰ ਲਈ ਬਕਵਾਸ ਬਕਵਾਸ ਮੈਂ ਕਰਦਾ ਜੀ ਬਕਵਾਸ ਤੇ ਇਹ ਕਰ ਰਹੇ ਨੇ ਮੈਂ ਤੇ ਬਸ ਸਰਦਾ ਬਣਦਾ ਹੀ ਕਰੂੰ ਤੂੰ ਭਰਾਵਾ ਅੱਜ ਸਰਦਾ ਬਣਦਾ ਹੀ ਕਰ ਪੇਸ਼ੈਂਟ ਇਜ਼ ਪਰਫੈਕਟਲੀ ਫਾਈਨ ਤੁਸੀਂ ਉਹਨੂੰ ਮਿਲ ਸਕਦੇ ਹੋ ਥੈਂਕ ਯੂ ਡਾਕਟਰ ਸਾਹਿਬ
ਕੱਲੀ ਆ ਗਿਆ ਉਹ ਕਿੱਥੇ ਆ? ਕੌਣ ਕੌਣ ਜਿਹਦੇ ਕਰਕੇ ਇੱਥੇ ਪਿਆ? ਲੱਗਦਾ ਨਾ ਕਿਤੇ ਮੇਰਾ ਜੀ ਨੀ, ਨੀਂਦਰਾਂ ਵੀ ਹੋ ਗਈਆਂ ਫਰਾਰੇ। ਲੱਗਦਾ ਨਾ ਕਿਤੇ ਮੇਰਾ ਜੀ ਨੀ, ਨੀਂਦਰਾਂ ਵੀ ਹੋ ਗਈਆਂ ਫਰਾਰੇ। ਐਵੇਂ ਫਿਰਦਾ ਸੀ ਕਰਦਾ ਆਵਾਰਗੀ, ਢੰਗ ਜੀਣ ਦਾ ਸਿਖਾਇਆ ਤੇਰੇ ਪਿਆਰ ਨੇ। ਲੱਗਦਾ ਨਾ ਕਿਤੇ ਮੇਰਾ ਜੀ ਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਪਹਿਲੀ ਕੱਚੀ ਚ ਮੈਂ ਲੈ ਲਿਆ ਹੈ ਦਾਖਲਾ, ਹੁੰਦੀ ਆਸ਼ਿਕਾਂ ਦੀ ਵੱਖਰੀ ਕਲਾਸ ਨੀ। ਮੱਖੜਾ ਮਸੂਮ ਮੇਰੀ ਜਾਣਦਾ, ਹੋ ਮੈਂ ਵੇਖੀ ਜਾਵਾਂ ਬੁੱਝਦੀ ਪਿਆਸ ਨੀ। ਬਿਨ ਖੰਭਾਂ ਤੋਂ ਹਵਾ ਚਲਾਉਣ ਡਾਰੀਆਂ, ਮੇਰੇ ਸੁਪਨੇ ਜੇ ਹੋ ਗਏ ਉਡਾਰੇ। ਲੱਗਦਾ ਨਾ ਕਿਤੇ ਮੇਰਾ ਜੀ ਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀ ਨੀ, ਨੀਂਦਰਾਂ ਵੀ ਹੋ ਗਈਆਂ ਫਰਾਰ। ਮੱਥੇ ਲਾ ਲਵਾਂ ਖਾਕ ਹੋ ਜਾ ਤੇਰੇ ਪਿਆਰ ਦੀਆਂ ਰਾਹਾਂ ਤੇ, ਤੇਰਾ ਨਾਮ ਲੈ ਲੈ ਚੱਲਦੀਆਂ ਜਿਹੜੀਆਂ, ਬਣ ਕਰੀ ਜਾਵਾਂ ਚੱਲਦੀਆਂ ਸਾਹਾਂ ਤੇ। ਬਨ ਕੁੰਗਰੂ ਵੇਲੇ ਚ ਤੇਰੇ ਨੱਚਣਾ, ਨਾਲ ਨੱਚਣਾ ਏ ਮੇਰੀ ਸਰਕਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀ ਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਆਉਣ ਗਾਲਬ ਦੇ ਸ਼ੇਰ ਨੀ ਜ਼ੁਬਾਨ ਤੇ, ਦੇਖ ਮਜਨੂੰ ਜੇ ਹੋ ਗਏ ਮੇਰੇ ਹਾਲ ਨੇ। ਪੇਸ਼ ਚੱਲਦੀ ਨਾ ਕਿਤੇ ਵੀ ਅਕਲ ਦੀ, ਰੂਹ ਤੇ ਪਾਰੂ ਪਈ ਜਾਂਦੇ ਤੇਰੇ ਖਿਆਲ ਨੇ। ਬਣ ਚੁੱਕੇ ਐ ਮਜ਼ਾਕ ਕਿਰਦਾਰ ਦਾ, ਸਾਰੀ ਦੱਸ ਦੇ ਕਹਾਣੀ ਮੇਰੇ ਯਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀ ਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਲੱਗਦਾ ਨਾ ਕਿਤੇ ਮੇਰਾ ਜੀ ਨੀ, ਨੀਂਦਰਾਂ ਵੀ ਹੋ ਗਈਆਂ ਫਰਾਰ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਯੂ ਕੈਸੇ? ਇਹ ਆਪਣੇ ਵਿਆਹ ਦੇ ਕਾਰਡ ਦੇ ਮੂਹਰੇ ਲਿਖਿਆ ਹੋਗਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਟਿੰਕਾ ਵੈਟ ਸਪ੍ਰਿੰਕਾ, ਆਏ ਸੋਚ ਕੇ ਕੁਛ ਹੋਇਆ। ਕਿਉਂ ਭਾਊ ਤਿਆ ਹੋ ਕੇ? ਆ ਸਭ ਛੱਡੋ, ਆਪਾਂ ਕਿਤੇ ਘੁੰਮਣ ਚਲੀਏ।
ਨੈਣਾ ਦੇਵੀ ਚਲੀਏ, ਨਾਲੇ ਸੁੱਖਣਾ ਵੀ ਲਾਵਾਂਗੇ। ਓ ਕਿਹੜੀ ਸੁੱਖਣਾ? ਓ ਮੈਂ ਨਾ ਅਮਨ ਲਈ ਸੁੱਖਣਾ ਸੁੱਖੀ ਸੀ। ਆਹੋ ਚਲੋ ਬੁਲਾਵਾ ਆਇਆ, ਮਾਤਾ ਰਾਣੀ ਨੇ ਬੁਲਾਇਆ। ਭਰਾਵਾ ਸੁੱਖਣਾ ਤੇਰੀ ਸੁੱਖੀ ਤੂੰ ਪੂਰੀ ਹੋ ਗਈ, ਜਾਓ ਜਾ ਕੇ ਦੋਵੇਂ ਜਾਣੇ ਮੱਥਾ ਟੇਕ ਕੇ ਆਓ। ਯੂ ਕਲੱਬ ਚੱਲਦੇ ਯਾਰ, ਲੈਟਸ ਹੈਵ ਸਮ ਫਨ। ਓ ਯਾਰ ਇੱਕ ਮਿੰਟ, ਇਕੱਠੇ ਤਾਂ ਹੋਈ ਆ ਯਾਰ ਆਪਾਂ, ਕਿਉਂ ਨਾ ਕੁਛ ਇਦਾਂ ਦਾ ਕਰੀਏ ਜਿਹੜਾ ਯਾਦ ਰਵੇ ਯਾਰ। ਨਹੀਂ ਉਹ ਸਾਹਮਣੇ ਐਡਮਿਟ ਬਲਾਕ ਦਿਖਦਾ, ਉਹਦੀ ਛੱਤ ਬਹੁਤ ਸੋਹਣੀ ਹੈ ਯਾਰ। ਆਪਾਂ ਸਾਰੇ ਕੱਲ੍ਹ ਨੂੰ ਉੱਥੇ ਇਕੱਠੇ ਹੋਵਾਂਗੇ ਉਹਨੂੰ ਯਾਦਗਾਰ ਬਣਾਉਣ ਲਈ। ਆਪਾਂ ਹਰ ਸਾਲ ਇਸੇ ਮਹੀਨੇ ਦੀ 11 ਤਰੀਕ ਨੂੰ ਉੱਥੇ ਮਿਲਿਆ ਕਰਾਂਗੇ ਜਦੋਂ ਤੱਕ ਜਿਉਂਦੇ ਹਾਂ, ਹਰ ਸਾਲ। ਕੀ ਕਹਿੰਦੇ ਹੋ? ਆਈ ਪ੍ਰੋਮਿਸ। ਪੱਕਾ? ਡਨ ਟਿੰਕੇ, ਪੱਕਾ ਡਨ। ਤੁਸੀਂ ਵੀ ਆ ਜਾਓ। ਆਇਆ ਪ੍ਰਿੰਕਾ, ਲਾਲਾ ਜੀ ਕਿੱਥੇ ਰਹਿ ਗਏ? ਇੱਥੇ ਹੀ ਹੋਣਾ, ਕਿਤੇ ਫੋਨ ਤੇ ਲੱਗਾ। ਇੱਕ ਤਾਂ ਨਾ ਜੂਥ ਆਪਣਾ ਆਸ਼ਕੀ ਨੇ ਪੱਟ ਲਿਆ। ਦਿਖਾਤੀ ਨਾ ਅੱਜ ਆਪਣੀ ਔਕਾਤ, ਮੈਨੂੰ ਪਤਾ ਸੀ ਤੇਰੇ ਬਾਰੇ ਸ਼ੁਰੂ ਤੋਂ ਹੀ। ਐਂਡ ਯੂ ਗੋਇੰ ਟੂ ਪੇ ਫਾਰ ਦਿਸ, ਆਮ ਗੋਇੰ ਟੂ ਮੇਕ ਯੂ ਪੇ ਫਾਰ ਦਿਸ। ਇਬ ਤੋਂ ਮੈਨੇ ਤੇਰੇ ਪੇ ਵਿਸ਼ਵਾਸ ਕਰਨਾ ਸ਼ੁਰੂ ਹੀ ਕਰਿਆ ਥਾ, ਔਰ ਤੰਨੇ ਤੋੜ ਵੀ ਦਿਆ। ਕੀ ਕੀਤਾ ਮੈਂ? ਉਹ ਤੂੰ ਜ਼ਿਆਦਾ ਬੋਲਣਾ ਬਣ, ਸਾਨੂੰ ਪਤਾ ਕੀ ਹੋ ਰਿਹਾ ਅੰਦਰ। ਯਾਰ ਤੈਨੂੰ ਜਰਾ ਵੀ ਸ਼ਰਮ ਨਹੀਂ ਆਈ? ਯੂ ਸ਼ੁਡ ਬੀ ਅਸ਼ੇਮਡ ਆਫ ਯੂਰਸੈਲਫ। ਦੱਸ ਕੀ ਕੀਤਾ ਮੈਂ? ਯਾਰ ਸਵੇਰੇ ਸਵੇਰੇ ਕਿਹੜੀ ਕਲਾਸਾਂ ਲੱਗਦੀਆਂ 7 ਵਜੇ? ਪ੍ਰਿੰਕਾ ਮੈਨੂੰ ਤੇਰਾ ਮੈਸੇਜ ਆਇਆ ਸੀ, ਮੈਂ ਤੈਨੂੰ ਮਿਲਣ ਆਇਆ ਸੀ, ਮੈਨੂੰ ਤੂੰ ਮਿਲੀ ਨਹੀਂ। ਕਿੱਥੇ ਮੈਸੇਜ? ਮੇਰੇ ਕੋਲ ਹੈ ਤੇਰਾ ਮੈਸੇਜ, ਦੇਖ। ਤੇਰੀ ਮੈਸੇਜ ਕਰਕੇ ਤਾਂ ਆਇਆ ਮੈਂ ਇੱਥੇ। ਫੜਾ ਉਰੇ। ਆਓ ਦੇਖ ਲਓ ਆਪਣੇ ਜਿਗਰੀ ਯਾਰ ਨੂੰ।
ਕੀ ਹੋਇਆ ਟਿੱਕੇ? ਉਹੀ ਜੋ ਮੈਂ ਤੁਹਾਨੂੰ ਕਹਿੰਦੀ ਸੀ, ਆ ਚੋਰ ਦੀ ਚੋਰੀ ਫੜੀ ਗਈ ਅੱਜ। ਏਦਾਂ ਦੇ ਲੋਕਾਂ ਦੀ ਕੋਈ ਔਕਾਤ ਨਹੀਂ ਹੈ, ਇਹਨੂੰ ਪੁੱਛੋ ਕੀ ਹੋ ਰਿਹਾ ਅੰਦਰ, ਪੁੱਛੋ ਇਹਨੂੰ। ਟਿੰਕੇ ਦਰਵਾਜ਼ਾ ਖੋਲ, ਚੱਲ ਖੋਲ ਦਰਵਾਜ਼ਾ, ਖੋਲ ਦਰਵਾਜ਼ਾ। ਟਿੰਕੇ ਖੋਲ ਦੇ ਯਾਰ। ਜੇ ਆ ਸੱਚਾ ਹੁੰਦਾ ਨਾ ਇਹਨੇ ਕਾਦਾ ਖੋਲ ਦੇਣਾ ਸੀ, ਝੂਠਾ ਇਹ। ਇਹੋ ਜਿਹਾ ਕੁਛ ਨਹੀਂ ਹੈ, ਸੱਚ ਕਹਿੰਦਾ ਯਾਰੀ ਦੀ ਸੌਂਗ ਰਿਹਾ, ਇਹੋ ਜਿਹਾ ਕੁਛ ਨਹੀਂ ਹੈ। ਚਲੋ ਓਏ, ਚਲੋ ਸਾਰੇ ਚਲੋ। ਅੱਜ ਤੋਂ ਬਾਅਦ ਮੈਨੂੰ ਤੇਰਾ ਫੋਨ ਨਹੀਂ ਆਉਣਾ ਚਾਹੀਦਾ, ਗਾਟ ਇਟ? ਆ ਟਿੱਕੇ ਚਾਹ ਪੀਣ ਚੱਲੀਏ। ਉਹ ਚੱਲ ਛੱਡ ਯਾਰ, ਆ ਜਾ, ਉਹ ਤੁਰ ਪਾਉਣ। ਫਿਰ ਵੀ ਯਾਰ ਸੀ ਆਪਣਾ, ਤੂੰ ਕੱਲੀ ਸੌ ਨਹੀਂ ਤੋੜੀ, ਯਾਰੀ ਵੀ ਤੋੜਤੀ ਟਿੱਕੇ। ਅੱਜ ਤੋਂ ਬਾਅਦ ਤੂੰ ਸਾਡੇ ਲਈ ਮਰ ਗਿਆ ਤੇ ਅਸੀਂ ਤੇਰੇ ਲਈ। ਚੱਲ ਪਾਓ।
ਜ਼ਿੰਦਗੀ ਭਰ ਦੇ ਸਾਥ ਨਹੀਂ ਬਣ ਗਏ ਰਹਿ ਗਈ ਗੱਲ ਅਧੂਰੀ ਯਾਰਾਂ ਨਾਲੋਂ ਯਾਰ ਪਿਛੜ ਗਏ ਵਿੱਚ ਦਿਲਾਂ ਦੇ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀਏ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨੀ ਕਦੋਂ ਮੇਲ ਹੋਣਗੇ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨੀ ਕਦੋਂ ਮੇਲ ਹੋਣਗੇ ਨੈਣ ਕਮਲੇ ਹੋਏ ਨੇ ਰੋ ਰੋ ਕੇ ਹੋ ਨੈਣ ਕਮਲੇ ਹੋਏ ਨੇ ਰੋ ਰੋ ਕੇ ਪਤਾ ਨੀ ਕਿੰਨੀ ਦੇਰ ਰੋਣਗੇ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨੀ ਕਦੋਂ ਮੇਲ ਹੋਣਗੇ ਯਾਰੀਆਂ ਦੀ ਨਹੀਂ ਉਹ ਖਾਈ ਦੀ ਕਸਮ ਸੋਹਣਿਆ ਯਾਰੀਆਂ ਦੀ ਨਹੀਂ ਉਹ ਖਾਈ ਦੀ ਕਸਮ ਸੋਹਣਿਆ ਜਾਨੋ ਪਿਆਰਿਆਂ ਦੀ ਨਹੀਂ ਉਹ ਖਾਈ ਦੀ ਕਸਮ ਸੋਹਣਿਆ ਯਾਰੀਆਂ ਦੀ ਨਹੀਂ ਉਹ ਖਾਈ ਦੀ ਕਸਮ ਸੋਹਣਿਆ ਗੁਰੀ ਕੋਈ ਗੱਲ ਹੈ ਬਰੋ
ਗੱਲ ਤਾਂ ਹੈ ਯਾਰ। ਆਈ ਮੀਨ ਯੂ ਕੈਨ ਸ਼ੇਅਰ ਇਟ ਵਿਦ ਮੀ, ਜੋ ਕਿ ਪ੍ਰੋਬਲਮ ਤਾਂ ਆਪਾਂ ਸੋਲਵ ਕਰ ਲੈਂਦੇ ਹਾਂ। 4 ਸਾਲ ਬਾਅਦ ਵਾਪਸ ਆਇਆ ਯਾਰ ਤੂੰ, ਅੱਜ ਵੀ ਸਵੇਰ ਤੋਂ ਸ਼ਾਮ ਹੋ ਗਈ, ਇੱਕ ਵਾਰ ਵੀ ਟਿੰਕੇ ਦਾ ਜ਼ਿਕਰ ਨਹੀਂ ਹੋਇਆ। ਵਟ ਤੂੰ ਕਹਿ ਰਹੇ ਗੁਰੀ? ਜ਼ਿਕਰ ਤਾਂ ਦੂਰ ਦੀ ਗੱਲ ਹੈ, ਮੈਂ ਉਹਦਾ ਨਾਂ ਵੀ ਸੁਣਨਾ ਨਹੀਂ ਚਾਹੁੰਦਾ। ਕਰਤਾਰ ਆ ਉਹ। ਕਿਤਾਬਾਂ 'ਤੇ ਪਈ ਧੂੜ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਅੰਦਰਲੇ ਸ਼ਬਦ ਗਲਤ ਹੋਣ ਦੀਪ। ਕਈ ਵਾਰੀ ਅਸੀਂ ਅੱਖਾਂ 'ਤੇ ਝੂਠ ਦੀ ਪੱਟੀ ਬੰਨ੍ਹ ਕੇ ਸੱਚ ਨੂੰ ਇਗਨੋਰ ਕਰਦੇ ਹਾਂ। ਯਾਰ ਕੀ ਬੁਝਾਰਤਾਂ ਦੀਆਂ ਪਾਈ ਜਾ ਰਿਹਾ, ਸਿੱਧੀ ਗੱਲ ਕਰ ਮੇਰੇ ਨਾਲ। ਸਿੱਧੀ ਗੱਲ ਇਹ ਆ, ਆਪਣਾ ਯਾਰ ਗਲਤ ਨਹੀਂ ਸੀ। ਯਾਰ ਤੂੰ ਕਿਵੇਂ ਕਹਿ ਸਕਦਾ? ਭਾਬੀ ਨੂੰ ਸਮਝਾਓ ਥੋੜ੍ਹਾ। ਇੱਕ ਦਿਨ ਮੈਂ ਅਤੇ ਸਿੰਮੀ ਪਤਾ ਹੀ ਨਹੀਂ ਯਾਰ। ਯਾਰੀ ਵੀ ਸੌਂ ਅੰਗ ਦੀਪ ਵਿਆਹ ਉਦੋਂ ਕਰਾਊਗਾ ਜਦੋਂ ਟਿੰਕਾ ਮਿਲੂਗਾ। ਉਹਨੇ ਤਾਂ ਆਪਣੀ ਯਾਰੀ ਨਿਭਾ ਦਿੱਤੀ, ਹੁਣ ਸਾਡੀ ਵਾਰੀ ਆ।
ਅਲਸੀ ਦੀਆਂ ਘਰ ਦੀਆਂ ਬਣੀਆਂ ਹੋਈਆਂ ਪਿੰਨੀਆਂ ਨੇ, ਇਹ ਤਾਂ ਲੈਣੀਆਂ ਪੈਣਗੀਆਂ। ਥੈਂਕ ਯੂ ਜੀ। ਸਵਾਦ ਹੁੰਦੀਆਂ ਨੇ, ਤੁਸੀਂ ਵੀ ਲਓ ਅੰਕਲ ਜੀ। ਬੇਟਾ ਤਮੰਨਾ ਤਾਂ ਬਹੁਤ ਹੈ ਪਰ ਮੈਂ ਤੋਂ ਲਈਆਂ ਨਹੀਂ ਜਾਣੀਆਂ। ਹਾਂਜੀ। ਨਹੀਂ ਨਹੀਂ ਉਹ ਗੱਲ ਨਹੀਂ, ਗਰਮ ਹੁੰਦੀਆਂ ਨੇ ਨਾ, ਆਂਟੀ ਨੇ ਮਨਾ ਕੀਤਾ ਹੋਇਆ। ਅੱਛਾ ਜੀ। ਇੱਧਰ ਸੁਣ। ਹਾਂਜੀ। ਉੱਤੇ ਜਾ ਕੇ ਦੇਖ ਗਿਆ, ਬਹੁਤ ਟਾਈਮ ਹੋ ਗਿਆ, ਤੂੰ ਇੱਥੇ ਬੈਠੀ ਕੀ ਕਰਦੀ ਆ? ਬੜੇ ਚਿਰ ਬਾਅਦ ਮਿਲੇ ਨੇ, ਟਾਈਮ ਤਾਂ ਲੱਗੂਗਾ ਹੀ। ਜਾ ਦੇਖ ਕੇ ਆ, ਕਿਤੇ ਪਿਆਰ ਪੂਰ ਨਾ ਕਰਦੇ ਹੁਣ, ਚੱਲ। ਗਲਤੀਆਂ ਤੇਰੀਆਂ ਪੁੱਤਾਂ, ਮੈਂ ਹਾਂ, ਮੈਂ ਇੱਥੇ ਮੰਮੀ ਡੈਡੀ ਨੂੰ ਮਨਾਉਂਦੀ ਰਹੇਗੀ, ਜਾ ਕੇ ਸੌਂ ਖਾਇਆ। ਅਮਨ ਆਵਾਜ਼ ਥੱਲੇ। ਅਮਨ ਆਪਣਾ ਵਿਆਹ ਹੋ ਜਾਊਗਾ, ਤੂੰ ਟੈਨਸ਼ਨ ਨਾ। ਟੈਨਸ਼ਨ ਨਹੀਂ ਲੈ, ਵਿਆਹ ਹੋ ਜਾਊਗਾ। ਸੌਰੀ ਸੌਰੀ ਸੌਰੀ। ਕਦੋਂ ਹੋਊਗਾ? ਹਾਂ ਬਸ ਆਹ ਟਿੰਕਾ ਮਿਲ ਜਾਏ ਨਾ। ਲੱਭਿਆ ਫੇਰ? ਓ ਯਾਰ ਮਾਤਾ ਰਾਣੀ ਤੇ ਭਰੋਸਾ ਰੱਖਾਂ ਨਾ। ਕੋਈ ਭਰੋਸਾ ਭਰੋਸਾ ਨਹੀਂ। ਅਮਨ ਪਲੀਜ਼ ਯਾਰ, ਅਮਨ ਅਮਨ ਡੰਡਾ ਸੁੱਟ ਦੇ, ਦੇਖ ਲਈ ਫਿਰ ਚੰਗਾ ਨਹੀਂ ਹੋਗਾ, ਮੈਂ ਤੈਨੂੰ ਦੱਸਦਾ। ਸੁੱਟ ਦੇ। ਨਹੀਂ ਨਹੀਂ ਕਿਸੇ ਹੁੰਦਾ ਵੀ ਨਹੀਂ ਅਮਨ। ਅਮਨ ਨਹੀਂ, ਅਮਨ ਨਹੀਂ, ਅਮਨ ਵਿਆਹ ਤੋਂ ਪਹਿਲਾਂ ਨਹੀਂ। ਕੀ ਨਹੀਂ? ਅਮਨ ਮੇਰੀ ਕੋਈ ਇੱਜ਼ਤ ਆ। ਅਮਨ ਕੀ ਵਿਆਹ ਤੋਂ ਪਹਿਲਾਂ ਨਹੀਂ? ਹਾਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ, ਜੇ ਕਿ ਵਿਆਹ ਨਾ ਕਰਾਇਆ ਨਾ, ਅਗਲੇ 9 ਸਾਲਾਂ ਤੱਕ ਮੁਹਰਤ ਦਾ ਵੇਟ ਕਰਦੇ ਰਹੀ, ਠੀਕ ਹੈ? ਮੰਮੀ ਹੁਣ ਤਾਂ ਮੰਮੀ ਆ ਜਾਣੀ ਹੈ ਨਾ। ਮੰਮੀ ਇੱਥੋਂ ਤੱਕ ਅਸੀਂ ਹਲਵਾਈ ਨੂੰ ਕਹਿਤਾ ਕਿ ਇਸ ਸਬਜ਼ੀ ਚ ਮਿਰਚ ਪਾਉਣੀ ਹੈ ਔਰ ਇਸ ਸਬਜ਼ੀ ਚ ਮਿਰਚ ਨਹੀਂ ਪਾਉਣੀ। ਜੇ ਹੁਣ ਵਿਆਹ ਨਾ ਹੋਇਆ ਨਾ, ਸਾਡੀ ਤਾਂ ਨੱਕ ਵੱਢੀ ਜਾਣੀ ਹੈ। ਅਸੀਂ ਤਾਂ ਵਿਆਹ ਦੇ ਅੱਧੇ ਕਾਰਡ ਵੀ ਵੰਡਦੇ ਯਾਰ। ਤੇ ਕੋਈ ਨਾ ਅੰਕਲ ਜੀ, ਅੱਧੇ ਤਾਂ ਬਚ ਗਏ ਨਾ, ਬਾਅਦ ਚ ਵੰਡ ਦੇਗੇ। 9 ਸਾਲ ਬਾਅਦ ਮਹੂਰਤ ਹੈ, ਕਾਰਡ ਪੁਰਾਣੇ ਨਹੀਂ ਹੋ ਜਾਣੇ। ਸਾਰੇ ਸੁਣ ਲਓ, ਜੇ ਹੁਣ ਵਿਆਹ ਹੋਇਆ ਤਾਂ ਠੀਕ ਹੈ, ਨਹੀਂ ਤਾਂ ਮੁਸ਼ਕਲ ਹੋ ਜਾਣੀ ਹੈ। ਸੋਰੀ ਡੈਡੀ ਜੀ, ਨੋ ਡਾਊਟ ਮੈਂ ਉਹਨੂੰ ਬਹੁਤ ਪਿਆਰ ਕਰਦਾ ਪਰ ਯਾਰੀ ਤੋਂ ਵੱਧ ਕੇ ਪਿਆਰ ਨਹੀਂ। ਵਿਆਹ ਤਾਂ ਹੁਣ ਟਿੰਕੇ ਤਾਂ ਆਉਣ 'ਤੇ ਹੋ, ਬਾਕੀ ਤੁਹਾਡੀ ਮਰਜ਼ੀ। ਹੈ ਤਾਂ ਮੁਸ਼ਕਿਲ ਪਰ ਤੇਰੀ ਗੱਲ ਸੁਣ ਕੇ ਸਵਾਦ ਆ ਗਿਆ, ਯਾਰੀ ਤੋਂ ਵੱਧ ਕੇ ਪਿਆਰ ਨਹੀਂ। ਵਾਹ ਚੰਗਾ ਜੀ। ਇੱਕ ਮਿੰਟ ਗੱਲ ਸੁਣੀ, ਇੱਕ ਸਲਾਹ ਦੇਣੀ ਹੈ ਮੁਫ਼ਤ ਚ, ਕਿਸੇ ਯਾਰਾਂ ਪਿੱਛੇ ਲੱਗ ਕੇ ਆਪਣਾ ਬਾਂਦਰ ਡੰਡਾ ਨਾ ਕਰਾ ਲਈ। ਮਤਲਬ ਜੀ? ਮੈਂ ਸਮਝਿਆ ਨਹੀਂ। ਮੇਰਾ ਮਤਲਬ ਹੈ ਕਿ 9 ਦਿਨਾਂ ਚ ਆਪਣੇ ਯਾਰ ਨੂੰ ਲੱਭ ਲੈ, ਨਹੀਂ ਤਾਂ ਮੈਂ ਆਪਣੀ ਕੁੜੀ ਲਈ ਕੋਈ ਮੁੰਡਾ ਲੱਭ ਲੈਣਾ। ਪਈ ਖਾਨੇ ਗੱਲ? ਹਾਂਜੀ। ਚੰਗਾ ਫਿਰ ਚਲੋ। ਚੰਗਾ ਜੀ ਚਲੋ ਚਲੋ। ਅਮਨ ਅਮਨ ਮਾਰੀ ਨਾ ਅਮਨ। ਪਤਾ ਨੀ, ਘੱਟੋ ਘੱਟ 9 ਦਿਨ ਤਾਂ ਤੇਰੇ ਨਾਲ ਕੱਢ ਲਾ। ਫੱਟੇ ਯਾਰ ਮੁੰਡੇ।
ਲੈਰੀ ਸਿੰਮੀ ਕਾਫੀ ਪੀ ਪਕੜ ਲੈ ਆਪਣੇ ਹੱਥਾਂ ਤੇ ਸਾਫ ਕਰਕੇ ਲਿਆਈ ਸੂ ਔਰ ਇਸ ਵੇ ਮੈਨੇ ਫੂਕ ਵੀ ਕੋਈ ਨਾ ਮਾਰੀ ਸੈ ਸਭ ਯਾਦ ਆ ਤੈਨੂੰ ਹੈ ਕੁਝ ਨਹੀਂ ਭੁੱਲੀ ਯੋ ਭੁੱਲਣ ਕਾ ਰਿਵਾਜ ਤੁਹਾਰੇ ਪੰਜਾਬ ਮੇ ਹੋਇਆ ਕਰੇ ਮਾਰੇ ਹਰਿਆਣਾ ਮੇ ਕੋਈ ਨਾ ਦੇਖ ਪ੍ਰਿਯੰਕਾ ਆਈ ਕੈਨ ਅੰਡਰਸਟੈਂਡ ਪਰ ਯਾਰ ਜਿਹੜੀਆਂ ਗੱਲਾਂ ਦੁੱਖ ਦੇਣ ਨਾ ਉਹ ਭੁੱਲ ਜਾਣੀਆਂ ਚਾਹੀਦੀਆਂ ਪਿਆਰ ਕੇ ਮੌਸਮ ਮੇ ਪਤਝੜ ਨਾ ਹੋਵੇ ਇਸ ਮੇ ਤੋ ਜਖਮ ਹਰੇ ਕਹਿ ਰਹੀ ਰਹਿ ਵੇ ਸੈ ਕੁੜੀ ਸੜੀ ਸ਼ੇਕਸਪੀਅਰ ਬਣ ਗਈ ਹੈ ਕਿਆ ਬਾਤ ਲੋਕ ਪਿਆਰ ਮੇ ਕਿਆ ਕਿਆ ਬਣੇ ਸੈ ਮੈਂ ਸ਼ੇਕਸਪੀਅਰ ਨਾ ਬਣ ਸਕਤੀ ਓਹੋ ਹੋ ਹੋ ਵਾਹ 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 ਜੀ ਵਾਹ ਮੇਰੀ ਗੱਲ ਸੁਣੋ ਹੁਣ ਤੁਹਾਡਾ ਸਾਰਾ ਫੋਕਸ ਹੋਣਾ ਚਾਹੀਦਾ ਹੈ ਮੇਰੇ ਵਿਆਹ ਤੇ ਤੇ ਤੁਸੀਂ ਪੂਰੇ 5 ਦਿਨ ਪਹਿਲਾਂ ਉੱਥੇ ਪਹੁੰਚ ਜਾਣਾ ਤੁਹਾਡਾ ਹਰਿਆਣਵੀ ਭੰਗੜਾ ਵੀ ਤਾਂ ਦੇਖਣਾ ਹੈ ਤੂੰ ਚਿੰਤਾ ਕੋਈ ਨਾ ਕਰ ਤੇਰੇ ਵਿਆਹ ਮੇ ਡੀਜੇ ਮੈਂ ਹੀ ਬਜਾਉ ਸੂ ਸਹੀ ਹੈ ਪ੍ਰਿਯੰਕਾ ਆ ਜ਼ਰੂਰ ਜਾਈ ਹੈ ਉਹ ਤੂੰ ਚਾਹ ਪੀ ਆਜੂੰਗੀ ਮੈਂ ਪੱਕਾ ਸਮਝ ਲੈ ਆ ਗਈ ਉਹ ਕਿੱਥੇ ਰਹਿ ਗਈਆਂ ਖੋਲ ਲੈ ਇਹਨੂੰ ਸਾਰੇ ਕੰਮ ਜੋ ਕੰਮ ਆ ਸਾਰੇ ਮੈਂ ਹੀ ਕਰਨੇ ਆ ਤੂੰ ਟਿਕ ਜਾ ਕੇ ਡਾਂਗਾ ਖਾਣੀਆ ਆ ਗਿਆ ਤੇਰੇ ਕੋਲ ਹੀ ਤੂੰ ਹੀ ਖਾਣੇ ਆ ਮੈਂ ਨੀ ਡਫਣੇ ਬੈਠੇ ਹੋ ਤੇ ਕੰਮ ਵੀ ਦੱਸ ਦਿਓ ਤੋਤੇ ਨਾਰਾਜ਼ ਆ ਯਾਰ ਨੀ ਆ ਤੁਹਾਡਾ ਮੈਂ ਜਿੰਨੇ ਨਾਰਾਜ਼ ਹੋਣਾ ਤੋਤੇ ਟਿੰਕਾ ਕਿੱਥੇ ਆ ਟਿੰਕਾ ਆ ਗਈ ਯਾਰ ਟਿੰਕੇ ਦੀ ਤੁਹਾਨੂੰ ਉਦੋਂ ਕਿੱਥੇ ਸੀ ਜਦੋਂ ਉਹਨੂੰ ਵੱਧ ਲੋੜ ਸੀ ਕੱਲਾ ਸੀ ਉਹ ਜਦੋਂ ਬਾਪੂ ਦੀ ਚਿਤਾ ਨੂੰ ਉਹਨੇ ਅੱਗ ਦਿੱਤੀ ਵੱਡੇ ਯਾਰਨ ਮੁੱਲੇ ਬਾਪੂ ਪੂਰਾ ਹੋ ਗਿਆ ਤੁਸੀਂ ਕਿਹੜਾ ਪਤਾ ਲਿਆ ਮੈਂ ਦੇਖਿਆ ਉਹਨੂੰ ਕੱਲੇ ਨੂੰ ਲੁਕ ਲੁਕ ਕੇ ਰੋਂਦੇ ਤੁਹਾਡੀ ਫੋਟੋ ਨੂੰ ਇੱਕ ਨਾਲ ਲਾ ਕੇ ਤੋਤੇ ਯਾਰ ਮੈਨੂੰ ਯਾਰ ਨਾ ਬਣਾਓ ਜਿਹਦੇ ਨਾਲ ਯਾਰੀ ਸੀ ਉਹਦੇ ਨਾਲ ਤਾਂ ਬਹੁਤ ਨਿਭਾਈ ਨਾ ਤੁਸੀਂ ਚਲੋ ਨਿਕਲੋ ਓਏ ਕੀ ਨਾਮ ਤੇਰਾ ਪੁੱਤ ਪਤਾ ਨੀ ਤੇਰਾ ਕੀ ਨਾਮ ਪਤਾ ਨੀ ਕਿਉਂ ਕਹਿ ਗਿਆ ਸੀ ਉਹ ਮੇਰੇ ਦੋ ਬਾਂਦਰ ਆਣਗੇ ਉਹਨਾਂ ਕੋਲ ਪੁੱਛ ਕੇ ਰੱਖ ਦੀ ਦੱਸ ਫਿਰ ਕੀ ਨਾ ਰੱਖੀਏ ਇੱਧਰ ਆਓ ਗੁਰੀ ਤੇ ਦੀਪ ਮਿਲ ਗਿਆ ਤੇ ਉਹਨੂੰ ਕਿਉਂ
ਮਿਲਣ ਨੂੰ ਜੀ ਕਰਦਾ। ਰੱਬ ਢੂੰਡਣ ਨਿਕਲਿਆ ਹੁੰਦਾ ਜੇ ਇੱਕ ਪਲ ਨਾ ਲੱਗਦਾ, ਹੋ ਰੱਬ ਮਿਲ ਜਾਣਾ ਸੀ। ਧਨ ਦੌਲਤ ਢੂੰਡਣ ਲੱਗਦਾ ਜੇ ਇੱਕ ਪਲ ਨਾ ਲੱਗਦਾ, ਹੋ ਸਭ ਮਿਲ ਜਾਣਾ ਸੀ। ਮੈਨੂੰ ਉਹੀ ਨਹੀਂ ਮਿਲਦੇ ਜਿਹੜੇ ਟੁਕੜੇ ਦਿਲ ਦੇ ਨੇ, ਇੱਥੇ ਕਰਮ ਵਾਲਿਆਂ ਨੂੰ ਯਾਰ ਨਗੀਨੇ ਮਿਲਦੇ ਨੇ, ਯਾਰ ਨਗੀਨੇ ਮਿਲਦੇ ਨੇ। ਯਾਰ ਵਿਛੜੇ ਨੇੜਾ ਦੇ ਰੱਬਾ ਮੇਰਿਆ, ਹੋ ਤੇਰਾ ਕਿਹੜਾ ਜ਼ੋਰ ਲੱਗਦਾ। ਤੈਨੂੰ ਪਤਾ ਤੇਰੀਆਂ ਯਾਦਾਂ ਨੇ ਮੈਨੂੰ ਪਾਗਲ ਕਰਤਾ, ਮੈਂ ਨਜਾਇਜ ਗਲੀਆਂ ਤੁਰਿਆ ਫਿਰਦਾ। ਕੋਈ ਨਾ ਪਤੀਲੇ, ਹੌਸਲਾ ਰੱਖ ਵੀਰ, ਉਹ ਲੱਭਦੇ ਹਾਂ ਯਾਰ, ਆਪਾਂ ਰਲ ਕੇ ਲੱਭਦੇ ਹਾਂ। ਤੈਨੂੰ ਪਤਾ ਤੇਰੇ ਬਿਨਾਂ ਜੀ ਨਹੀਂ ਹੁੰਦਾ ਹੁਣ ਮੈਥੋਂ, ਤੇਰਾ ਨਾਂ ਵੀ ਮੈਂ ਦਿਲ ਤੇ ਲਿਖਾ ਕੇ ਰੱਖਿਆ। ਪਤੀਲੇ ਵੀਰੇ, ਦਿਲ ਸ਼ਾਇਦ ਇੱਧਰ ਹੁੰਦਾ। ਯਾਰ ਮੈਂ ਲਿਖਾਇਆ, ਮੈਨੂੰ ਨਹੀਂ ਪਤਾ। ਤੈਨੂੰ ਮਿਲਣ ਆਇਆ ਕੋਈ? ਟਿੰਕਾ ਇੱਥੇ ਆ? ਹਾਂ ਇੱਥੇ ਹੀ, ਭਾਂਡੇ ਭੁੰਡੇ ਸਾਫ ਕਰਦਾ ਰਹਿੰਦਾ। ਕੌਣ ਆ ਬਾਬੂ ਜੀ? ਯਾਰ ਤੈਨੂੰ ਮਿਲਣਾ ਸੀ, ਮੈਨੂੰ ਕੀ ਪਤਾ ਕੌਣ ਸੀ।
दो खोर किया यार कुछ पता लगा टिंके दा नहीं लगा आले काम आऊगा तेरे मेरे जान मगरों मारदरी काटे अगले 9 साल तक आला प्रभा तू ही मारदरी ਆਪਾਂ ਹਰ ਸਾਲ ਇਸੇ ਮਹੀਨੇ ਦੀ 11 ਤਰੀਕ ਨੂੰ ਉੱਥੇ ਮਿਲਿਆ ਕਰਾਂਗੇ ਜਦੋਂ ਤੱਕ ਜਿਉਂਦੇ ਹਾਂ ਉਹ ਦੀਪ ਉਹ ਅੱਜ 11 ਤਰੀਕ ਆ ਯਾਰ ਪਤਾ ਮੈਨੂੰ ਭਰਾਵਾ ਅੱਜ ਮੈਨੂੰ ਮਾਈਆਂ ਲੱਗਣਾ ਸੀ ਓਏ 11 ਆਪਣਾ ਯਾਰਨ ਮੁੱਲੇ ਡੇ ਤੇ ਪਰਾਂਦਾ ਤੇਰਾ ਲਾਲ ਨੀ ਰੂਪ ਦੀ ਰਾਣੀ ਏ ਪਰਾਂਦੇ ਨੂੰ ਸੰਭਾਲਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਰੂਪ ਦੀ ਰਾਣੀ ਏ ਪਰਾਂਦੇ ਨੂੰ ਸੰਭਾਲਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਸਾਡੀ ਯਾਦ ਨਹੀਂ ਆਈ ਕਦੇ ਚਾਰ ਸਾਲ ਯਾਦਾਂ 'ਚ ਹੀ ਰਿਹਾ ਬਾਈ ਹੁਣੇ ਤਾਂ ਨਿਕਲਿਆ ਬਾਹਰ ਯਾਦਾਂ 'ਚੋਂ ਓਏ ਟਿੰਕੇ ਮਾਫ ਕਰ ਦੇ ਯਾਰ ਮਾਫੀ ਤਾਂ ਗਲਤੀ ਦੀ ਹੁੰਦੀ ਹੈ ਵੀਰੇ ਗਲਤ ਫਹਿਮੀ ਦੀ ਥੋੜੇ ਬੜਾ ਯਾਦ ਕੀਤਾ ਬੜਾ ਯਾਦ ਕੀਤਾ ਕੀ ਰਿਹਾ ਬੜਾ ਯਾਦ ਕੀਤਾ
ਟਿੰਕੇ ਜਿਹੜੇ ਸਰਪ੍ਰਾਈਜ਼ ਦੀ ਆਪਾਂ ਗੱਲ ਕਰਦੇ ਸੀ ਨਾ, ਵਧਾਈ ਹੋ ਗਈ ਵੀਰੇ ਕਦੇ ਤੇਰੇ ਯਾਰ ਦਾ ਵਿਆਹ ਆ। ਏਦਾਂ ਕਿੱਦਾਂ ਵਿਆਹ ਤੇਰੇ ਯਾਰ ਦਾ? ਇਹ ਵਿਆਹ ਨਹੀਂ ਹੋ ਸਕਦਾ। ਕਿਉਂ ਕਿਉਂ ਸਾਰਾ ਭੁੱਲ ਗਿਆ? ਹੈਂ ਮੈਂ ਕਰਾਉਂਗਾ ਤੇਰਾ ਵਿਆਹ ਪੱਕਾ। ਸੌ ਖਾਫੇ ਲੈ ਵੀਰੇ, ਯਾਰੀ ਦੀ ਸੌ ਚਟਨੀ ਮੁਖਰਜਾ ਸਾਡੀ ਵੀ ਕੋਈ ਬੈਂਜੂ ਆ, ਤੂੰ ਨਾ ਮੁਕਰ ਜੀ ਬਸ। ਨਹੀਂ ਨਹੀਂ ਵੀਰੇ, ਮੈਨੂੰ ਵੀ ਯਾਰੀ ਦੀ ਸੌ, ਮੈਂ ਨੀ ਮੁਕਰਦਾ, ਇਕੱਠੇ ਵਿਆਹ ਕਰਾਵਾਂਗੇ। ਭਾਊ ਗਵਾ ਆ, ਭਾਊ ਉਹ ਭਾਊ ਖੜਾ ਯਾਰ, ਖਾਧੀ ਪੀਤੀ ਚ ਸੌ ਖਾਧੀ ਗਈ ਯਾਰ, ਤੂੰ ਤਾਂ ਚੰਗੀ ਕਰਾਰੀ ਫਸਾਈ ਬੈਠਾ। ਮਾਤਾ ਰਾਣੀ ਮੇਰੀ ਮਦਦ ਕਰ। ਉਹ ਚੁੱਪ ਕਰੋ ਲਾਲਾ, ਭਾਊ ਖੜਾ ਯਾਰ, ਉਹ ਆਉਣਾ ਹੀ ਆ ਪ੍ਰਿਅੰਕਾ ਨੇ ਵਿਆਹ ਤੇ ਯਾਰ, ਉਹਨੂੰ ਬਿਠਾਵਾਂਗੇ, ਉਹਨੂੰ ਸਮਝਾਵਾਂਗੇ। ਵਿਆਹ ਤੇਰਾ ਵੱਟਦੇ ਪਿਆ ਯਾਰ। ਏਦਾਂ ਕਿੱਦਾਂ ਵੱਟਦੇ ਪਿਆ ਬਈ? ਉਹ ਏਦਾਂ ਕਿੱਦਾਂ ਵੱਟਦੇ ਪਿਆ ਵਿਆਹ ਭਾਊ? ਸੁਣੋ ਇਹ ਗੱਲ, ਓਏ ਬੋਲ ਕੇ ਦੱਸਣਾ ਹੁੰਦਾ ਤਾਂ ਚਾਰ ਸਾਲ ਪਹਿਲਾਂ ਨਾ ਦੱਸ ਦਿੰਦਾ ਮੈਂ। ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ? ਜਟ ਫੀਲ ਕਰਾ ਉਹਨੂੰ, ਫੀਲ ਆਈ ਵਿਲ ਫੀਲ ਹਰ ਵਨ ਡੇ। ਯਾਰ ਕਾਹਦੀ ਫੀਲਿੰਗ ਯਾਰ, ਸੁਣਦੀ ਸੁਣਦੀ ਤਾਂ ਹੈ ਨੀ ਉਹ ਕੁਝ, ਉਹ ਕਿੱਦਾਂ ਸੁਣੂਗੀ? ਸੁਣੋ ਇੱਧਰ ਆ, ਸੁਣਿਆ ਗੌਰ ਨਾਲ ਸੁਣੋ। ਠੀਕ ਹੈ ਪਰ ਤੂੰ ਹੀ ਅਜੇ ਲੱਭੇ? ਮੈਂ ਹੀ ਲੱਭਿਆ ਜੀ। ਹੁਣ ਖੋਣਾ ਨੀ ਬੇਟਾ ਵਿਆਹ ਤੱਕ? ਨਹੀਂ ਮੈਂ ਨਹੀਂ ਖੋਂਦਾ, ਮੈਂ ਜਾਵਾਂ। ਜਾਇਓ, ਬੜੀ ਜ਼ੋਰ ਦੀ ਆਇਆ। ਕੋਈ ਇਹਨੂੰ ਖੋਣ ਨੀ ਦੇਣਾ ਬੇਟਾ ਵਿਆਹ ਤੱਕ, ਠੀਕ ਤੇਰੀ ਡਿਊਟੀ। ਚਲ ਅੱਜ ਲੈਡੀ ਚਲੋ ਅੰਦਰ। ਓਹ ਤੂੰ ਵੀ ਆ ਗਿਆ, ਇਹ ਵੀ ਆ ਗਿਆ। ਉਹ ਭਾਊ ਕੀ ਦੱਸਾਂ, ਤੈਨੂੰ ਘੁੱਟ ਕੇ ਜਾਣ ਖੜ ਗਏ। ਮੈਨੂੰ ਪਤਾ ਬਾਬਾ ਤੈਨੂੰ ਘੁੱਟ ਕੇ ਸੋਖਾ ਕਿੱਥੇ ਜਾਣਾ ਦਾ, ਇੱਥੇ ਹੀ ਹੋਣਾ ਕਿਤੇ। ਤੇ ਮਨਾਓ ਫਿਰ, ਜਾਓ ਕੱਢੋ ਤਰਲੇ। Thank you.
ਵੈਸੇ ਟਿੰਗਾ ਸਹੀ ਕਹਿੰਦਾ ਸੀ, ਕਹਿੰਦਾ ਪ੍ਰਿਅੰਕਾ ਨੇ ਮੈਨੂੰ ਦੇਖ ਕੇ ਤਾਂ ਭੱਜ ਜਾਣਾ ਭਾਈ। ਸਹੀ ਕਿਹਾ ਦੀਦੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਪਰ ਤੁਸੀਂ ਕਿਹੜੀ ਮੇਰੀ ਗੱਲ ਮੰਨਦੇ ਹੋ? ਆਹ ਕਰਤਾ ਸਾਬਿਤ, ਉੱਧਰ ਉਹਨੂੰ ਦੇਖ ਲਓ, ਤੱਕੇ ਮਾਰ ਕੇ ਕੱਢਿਆ ਸੀਗਾ, ਫੇਰ ਵੀ ਆ ਗਿਆ ਨਾ ਯਾਰ ਦੇ ਵਿਆਹ ਤੇ, ਇਹਨੂੰ ਕਹਿੰਦੇ ਆ ਯਾਰੀ। ਅੱਜ ਤਾਂ ਟਿੰਕਾ ਸਹੀ ਸਾਬਿਤ ਹੋ ਗਿਆ, ਕੁੜੀਆਂ ਸਵਾਰਥੀ ਹੁੰਦੀਆਂ ਨੇ, ਕੁੜੀਆਂ ਕਿੱਥੇ ਯਾਰੀ ਨਿਭਾ ਸਕਦੀਆਂ, ਯਾਰੀ ਤਾਂ ਸਿਰਫ ਮੁੰਡੇ ਨਿਭਾ ਸਕਦੇ ਆ। ਕਿ ਦੋਕੇ ਬਾਅਦ ਨਿਭਾਵੇਗਾ ਯਾਰੀ? ਮੈਂ ਬਤਾਊਂਗੀ ਤੈਨੂੰ ਦੋਸਤੀ ਕਿ ਹੋਵੇ ਹੈ, ਛੋਰੀਆਂ ਕੋਈ ਛੋਰੀਆਂ ਤੇ ਕੰਮ ਹੈ ਕਿ, ਔਰ ਕੀ ਕਹਿ ਰਿਹਾ ਥਾ ਯੋ, ਮੈਨੂੰ ਦੇਖ ਕੇ ਭੱਜ ਜਾਣਾ ਯੋ, ਰਿਹਾ ਮਾਰਾ ਸੂਟਕੇਸ, ਔਰ ਯੋ ਬੈਠੀ ਮੈਂ, ਤੇ ਕਹਿ ਦਿਓ ਇਸ ਖਸਮ ਨੇ ਜੇ ਹਿੰਮਤ ਹੈ ਨਾ ਤੇ ਕਾਢ ਕੇ ਦਿਖਾਏ। ਉਹ ਅੰਕਲ ਜੀ ਸੱਚੀ ਕਹਿੰਦਾ ਪਿੰਨੀਆਂ ਬਹੁਤ ਜ਼ਿਆਦਾ ਸਵਾਦ। ਹਾਂਜੀ ਹਾਂਜੀ, ਪਿੰਨੀ ਹੁੰਦੀ ਬਹੁਤ ਸਵਾਦ ਹੈ। ਮੈਂ ਕਹਿੰਦਾ ਜਿਹਨੇ ਬਣਾਈਆਂ ਮੈਨੂੰ ਮਿਲ ਜਾਣ, ਮੈਂ ਤਾਂ ਹੱਥ ਚੁੰਮਣਾ। ਇਹ ਮੇਰੀ ਸਾਲੀ ਦੀ ਕੁੜੀ ਹੈ ਸ਼ਾਂਤਾ, ਬਹੁਤ ਸਵਾਦ ਹੈ, ਪਿੰਨੀਆਂ ਇਹਨੇ ਬਣਾਈਆਂ ਨੇ। ਮੈਂ ਪਿੰਨੀਆਂ ਹੀ ਕਹਿ ਰਿਹਾ, ਬਹੁਤ ਸਵਾਦ ਆ। ਲੱਡੂ ਵੀ ਤੁਸੀਂ ਬਣਾਏ? ਹਾਂਜੀ, ਇਹ ਵੀ ਬਹੁਤ ਸਵਾਦ ਹੋਣੇ, ਮੈਂ ਖਾ ਲਿਆ। ਅੰਕਲ ਜੀ ਤੁਸੀਂ ਖਾ ਲਓ। ਨਹੀਂ ਨਹੀਂ, ਮੈਂ ਇੱਥੋਂ ਲੈ ਨਹੀਂ ਜਾਣੀ। ਅੰਕਲ ਇੱਕ ਤਾਂ ਲਓ। ਨਹੀਂ ਨਹੀਂ, ਇਹਦੀ ਤਸੀਰ ਗਰਮ ਹੁੰਦੀ ਹੈ ਨਾ, ਮੈਨੂੰ ਮਨਾ ਹੈ, ਤੁਸੀਂ ਸਮਝਿਆ ਕਰੋ। ਤੁਸੀਂ ਚਲੋ ਫਿਰ, ਠੀਕ ਆ, ਅਗਲੀ ਫੜੋ, ਹਾਜ਼ਰ ਆ। ਤੁਹਾਡਾ ਮਸਲਾ ਬਹੁਤ ਗੰਭੀਰ ਹੈ ਅੰਕਲ ਜੀ, ਬਹੁਤ ਗੰਭੀਰ ਹੈ, ਸੱਚੀ ਦੱਸਦਾ। ਹਾਂਜੀ, ਪਰ ਕੋਈ ਚੱਕਰ ਨੀ, ਸਾਡੇ ਭੂੰਤੜੀ ਚ ਨਾ ਇੱਕ ਵੈਦ ਹੈ। ਅੱਛਾ, ਵੈਦ ਫਕੀਰ ਚੰਦ। ਓਕੇ, ਇੱਕ ਪੌੜੀ ਦਿੰਦਾ ਤਸੀਰ ਠੰਡੀ ਕਰ ਦਿੰਦਾ। ਬਸ ਇੱਕ ਪੌੜੀ? ਆ ਦੀਪ ਦੀ ਤਸੀਰ ਵੀ ਆਈ ਠੰਡੀ ਕਰਾਈ ਅਸੀਂ ਨੇ, ਦੱਸਿਆ ਨਾ ਸਾਨੂੰ। ਨਾ ਉਹ ਦੀਪ, ਉਹ ਤੁਹਾਨੂੰ ਦੱਸਿਆ ਨੀ ਅੰਕਲ ਨੇ ਪਿੰਡ ਭੂੰਤੜੀ ਬਾਰੇ? ਕਮਾਲ ਕਰਦਾ। ਉਹ ਹਾਂ ਤੈਨੂੰ ਪਤਾ ਹੀ ਆ, ਦੱਸਿਆ ਨਾ, ਹੈ ਨਾ। ਦੇਖੋ ਕਮਾਲ ਦੀ ਬੁੜੀ ਹੈ, ਮੈਨੂੰ ਕਦੇ ਸ਼ੱਕ ਹੀ ਨਹੀਂ ਹੋਇਆ ਕਿ ਇਹਨੂੰ ਵੀ ਕਦੇ ਸੀ। ਅੰਕਲ ਜੀ ਇਹੋ ਜਿਹੀਆਂ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ, ਇਹ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ। ਮਹਿਸੂਸ ਤਾਂ ਬਹੁਤ ਕਰਦਾ ਮੈਂ। ਉਹ ਯਾਰ ਇਹਨੂੰ ਕੱਢ ਇੱਥੋਂ ਯਾਰ, ਪਲੀਜ਼ ਕੱਢ ਜਾ। ਅੰਕਲ ਜੀ ਤੁਹਾਡਾ ਪਿੰਡ ਬੜਾ ਸੋਹਣਾ ਜੀ। ਹਾਂ ਜੀ ਉਹ ਤਾਂ ਹੈ। ਉਹ ਟਿੰਕੇ ਹਾਂ ਤੈਨੂੰ ਪਿੰਡ ਭਾਗ ਲਈ ਓਏ। ਹਾਂ ਚਲੋ, ਇੰਨਾ ਵੀ ਸੋਹਣਾ ਨਹੀਂ, ਕੱਲ ਦੇਖ ਲਈ। ਤੂੰ ਐ ਦੱਸ ਕੁੜੀ ਕਦ ਲਿਆ ਕੇ ਜਾਏਗਾ? ਉਹ ਸ਼ੇਰ ਸਿੰਘ ਜੀ ਆਉਂਗੇ ਹੁਣ। ਹਾਂ ਹਾਂ ਆ ਗਿਆ ਗਾ ਜੀ, ਆਪੜੋ ਆਪੜੋ, ਮੈਨੂੰ ਬੁਲਾਈ ਜਾਂਦੇ ਆ। ਯਾਰ ਗੱਲ ਤਾਂ ਪੂਰੀ ਕਰ ਜਾ। ਜੈ ਮਾਤਾ ਦੀ, ਜੈ ਮਾਤਾ ਦੀ। ਟਿੰਕੇ ਵੀਰੇ ਯਾਰ, ਤਿੰਨ ਦਿਨ ਰਹਿ ਗਏ ਮੇਰੇ ਵਿਆਹ ਨੂੰ ਯਾਰ, ਕੋਈ ਸਕੀਮ ਲਾ ਦੇ ਪਲੀਜ਼ ਯਾਰ। ਪਹਿਲਾਂ ਸਾਹ ਤੇ ਲੈ ਲਾ ਯਾਰ। ਉਹ ਸਾਹ ਤੇ ਆਉਂਦੇ ਜਾਂਦੇ ਰਹਿਣੇ ਆ, ਤੂੰ ਸਕੀਮ ਦੱਸ। ਸੁਣੋ ਹਜੇ ਨਾ ਆਪਾਂ ਬਾਹਰ ਸੋਵਾਂਗੇ। ਸੋਵਾਂਗੇ ਹੀ, ਫਿਰ ਉੱਠਦੇ ਨਹੀਂ। ਓਏ ਨਹੀਂ, ਬਾਹਰ ਸੋਵਾਂਗੇ ਤਾਂ ਅਗਲੀ ਦੀਆਂ ਫੀਲਿੰਗਾਂ ਜਾਗੂਗੀਆਂ ਯਾਰ, ਉਹਨੂੰ ਕਿਤੇ ਨੀਂਦ ਆਉਣੀ ਆ। ਕੰਬਲ ਲੈ ਕੇ ਮੰਜੇ ਦੇ ਆਲੇ ਦੁਆਲੇ ਫਿਰੀ ਜਾਊਗੀ। ਆ ਲਓ ਜੀ, ਉੱਤੇ ਪਾ ਲਓ ਜੀ, ਪਲੀਜ਼ ਜੀ ਅੰਦਰ ਆ ਜਾਓ ਜੀ, ਮੈਂ ਰਿਕੁਐਸਟ ਕਰਦੀ ਆ ਜੀ। ਯਾਰ ਬਾਹਰ ਕਿਵੇਂ ਸੋਵਾਂਗੇ, ਡੈਡੀ ਨੇ ਨੀ ਸੌਣ ਦੇਣਾ। ਯਾਰ ਤੂੰ ਸਾਰੀ ਉਮਰ ਥੱਲੇ ਹੀ ਲੱਗਾ ਰਹਿਣਾ ਯਾਰ, ਪਹਿਲਾਂ ਕਿਤਾਬਾਂ ਦੇ ਥੱਲੇ ਲੱਗਾ ਰਿਹਾ, ਫਿਰ ਮਸ਼ੂਕ ਦੇ, ਹੁਣ ਸਹੁਰਿਆਂ ਦੇ। ਓਏ ਆਪਦੇ ਅੰਦਰ ਲਾਲਾ ਜਗਾ ਯਾਰ। ਉਹ ਲਾਲਾ ਨਹੀਂ, ਉਹ ਮਰਦ ਹੁੰਦਾ, ਪਰ ਇਹਦਾ ਤੇ ਲਾਲਾ ਹੀ ਜਾਗਣਾ। ਵਾਹਿਗੁਰੂ, ਬਾਕੀ ਫਿਕਰ ਨਾ ਕਰੀ, ਪਾਉ ਖੜਾ। ਉਹ ਪਾਉ, ਪਰ ਲਾਲਾ ਜਾਗੂ ਕਿਵੇਂ? ਜੈ ਮਾਤਾ ਦੀ। ਕਿਸੇ ਨਾਲ ਵੀ ਦੇ
ਮੇਰੀ ਗੱਲ ਸੁਣ, ਜੱਟ ਸੀਗਾ, ਜੱਟ ਖਿੱਚ ਕੇ ਵੀਰੇ ਗੱਲ ਤਾਂ ਲਾਲਾ ਜੀ ਗਾਉਣ ਦੀ ਹੋਈ ਸੀ ਨਾ, ਫਿਰ ਲਾਲੇ ਨੇ ਜਾ ਕੇ ਕੀਤਾ ਕੀ ਹੈ, ਤੂੰ ਜਾ ਜਾ ਤੁਹਾਡਾ ਫੜਕ ਮਾਰ ਜਾ ਕੇ, ਤੂੰ ਫੜਕ ਮਾਰ ਯਾਰ, ਪਾਉ ਖੜਾ ਤੇਰੇ ਨਾਲ ਪੱਕਾ ਬਾਦੇ ਰੌਲਾ ਕੜਿਆ ਗੁਰੀ ਦੇਖ ਲੈ, ਮੈਂ ਮਾਰ ਦੇਣੀ ਫਿਰ ਉਹਦੇ ਮਾਰ ਦੇ ਮਾਰ ਦੇ ਆ ਫੜ ਯਾਰ, ਮੋਢੇ ਤੇ ਰੱਖ ਦੇ ਲਾਲਾ, ਫੜਿਆ ਨਹੀਂ ਜਾਣਾ, ਸੰਭਾਲ ਕੇ ਰੱਖੀ ਯਾਰ, ਥੱਪ ਮੇਰਾ ਸ਼ੇਰ ਚੱਲ, ਸਫੜਦਾ ਸਫੜਦਾ ਚੱਲ, ਹੋ ਜਾ ਸ਼ੁਰੂ ਬਦਮਾਸ਼, ਮੈਂ ਖੜਾ, ਆਓ ਡੈਡੀ ਆ ਜਾ, ਐਡਾ ਤੂੰ ਬਣਿਆ ਫਿਰਦਾ, ਡਰ ਗਿਆ ਤੇ ਤੁਸੀਂ ਲੱਗਦਾ ਡਰ ਗਿਆ, ਉਹ ਕਿਹੜਾ ਕੀ ਗੱਲ ਆ ਪੁੱਤਰ ਜੀ, ਡੈਡੀ ਜੀ ਜੀ ਇੱਕ ਛੋਟੀ ਜਿਹੀ ਰਿਕੁਐਸਟ ਕਰਨੀ ਸੀ ਜੀ, ਜੇ ਹੋ ਸਕੇ ਜੀ ਤਾਂ ਮੰਜੇ ਇੱਥੇ ਡਾ ਦਿਓ ਜੀ, ਜੀ ਬੜਾ ਮਨ ਕਰ ਰਿਹਾ ਸੀ ਬਾਹਰ ਸੌਣ ਦਾ ਜੀ, ਹਾਂਜੀ ਪੁੱਤਰ ਜੀ ਇਹ ਰੋਪੜ ਨਹੀਂ ਹਿਮਾਚਲ ਹੈ, ਬੰਦਾ ਸਵੇਰੇ ਬਰਫ਼ 'ਚ ਵੀ ਲੱਭਦਾ, ਅੰਕਲ ਜੀ ਕੀ ਗੱਲ ਕਰਦੇ ਹੋ, ਸਾਡਾ ਭੂਸਰੀਆ ਫਾਇਦਾ ਨਾ ਉਹਦੇ ਕੋਲ ਇੱਕ ਹੋਰ ਪੂਰੀ ਹੈ, ਪੂਰੀ ਅੰਦਰ ਜਾਂਦੇ ਹੀ ਠੰਡ ਹੈ, ਮਿਲਖਾ ਸਿੰਘ ਵਾਂਗੂ ਤੁਹਾਨੂੰ, ਪਰ ਪੁੱਤਰ ਜੀ ਇੱਥੇ ਪਹਾੜ ਨੇ, ਮਿਲਖਾ ਸਿੰਘ ਥੱਕ ਨਹੀਂ ਜਾਊ, ਸ਼ੱਕ ਕਰਦੇ ਆ, ਨਹੀਂ ਨਹੀਂ ਉਹ ਤੇਰੇ ਸੁਰਾ ਸਾਹਿਬ ਸ਼ੱਕ ਕਰਦੇ ਆ, ਸ਼ੱਕ ਬਿਲਕੁਲ ਨਹੀਂ ਕਰਦੇ ਹੋ, ਮੇਰੀ ਗੱਲ ਸ਼ੱਕ ਕਰਨ ਨਾਲ ਜੇ ਤਾਂ ਪੂਰੀ ਵੈਸੇ ਅਸਰ ਨਹੀਂ ਕਰਦੀ, ਅੰਕਲ ਜੀ ਪੁੱਛੋ ਜੀ ਬਰੋ ਦੱਸ ਯਾਰ, ਬਿਲਕੁਲ ਮੈਂ ਸ਼ੱਕ ਨਹੀਂ ਕਰਦਾ, ਤੁਸੀਂ ਬਿਸਤਰੇ ਤਿਆਰ ਸਮਝੋ ਬਸ, ਠੀਕ ਹੈ ਥੈਂਕ ਯੂ, ਉਹ ਖੜਾ ਸਾਡਾ ਵੀ ਸਟੈਂਡ ਹੈ ਯਾਰ, ਅੰਕਲ ਜੀ ਹਾਂਜੀ ਹਾਂਜੀ ਹਾਂਜੀ, ਇੱਕ ਗੱਲ ਹੋਰ ਦੱਸੋ, ਪੂੜੀਆਂ ਤਾਂ ਇਹੋ ਜਿਹੀਆਂ ਇਹੋ ਜਿਹੀਆਂ ਨੇ ਵੀ ਬੰਦੇ ਦੀ ਨਫ਼ਰਤ ਨੂੰ ਪਿਆਰ ਚ ਬਦਲ ਦੇਣਾ, ਬਸ ਕੋਈ ਦਿਲੋਂ ਖਾਣ ਵਾਲਾ ਚਾਹੀਦਾ, ਸ਼ੱਕ ਕਰਕੇ ਆਇਆ ਗਰੀ ਕਿਉਂ, ਹਾਂਜੀ ਬਿਲਕੁਲ ਚਲੋ ਲਾਓ ਫਿਰ ਮੰਜੇ, ਹਾਂਜੀ ਹਾਂਜੀ ਉਹ ਭਾਉ ਖੜਾ ਯਾਰ, ਇੱਕ ਤਾਂ ਭਾਉ ਨੀ ਪੈਂਦਾ, ਉਹ ਟਿੰਕੇ ਇਹਦੇ ਭਾਉ ਨਾਲ ਆਪਾਂ ਵੀ ਅੰਦਰ ਚਲੀਏ ਯਾਰ, ਠੰਡ ਬੜੀ ਆ ਯਾਰ, ਠੰਡ ਜਾਓ ਗਰੀਬੋ ਟੱਟ ਲਾਈਦੀ ਆ ਤੈਨੂੰ, ਦੀਦੀ ਮੈਨੂੰ ਨਾ ਟਿੰਕੇ ਵੀਰੇ ਦੀ ਬੜੀ ਟੈਨਸ਼ਨ ਹੋ ਰਹੀ ਆ, ਵਿਚਾਰਾ ਟਿੰਕਾ ਵੀਰਾ, ਹਾਏ ਮੈਨੂੰ ਤਾਂ ਲਾ ਤੂੰ ਠੰਡ ਵੀ ਪਹਿਲੀ ਵਾਰ ਦੇਖੀ ਹੋਣੀ, ਮੈਨੂੰ ਤਾਂ ਬੜਾ ਹੀ ਤਰਸ ਆਉਂਦਾ, ਵਿਚਾਰਾ ਕਿਊਟ ਜਿਹਾ ਯਾਰ, ਕਿਤੇ ਠੰਡ ਚ ਨਾ ਆਕੜ ਜੇ, ਅਰੇ ਸਿੰਮੀ ਕਦੇ ਤਾਂ ਆਪਣੀ ਬਾਤ ਤੇ ਰਿਹਾ ਕਰ, ਪਹਿਲੇ ਉਹ ਤੈਨੇ ਅਨਪੜ ਲੱਗੇ ਥਾ, ਅਭੀ ਉਹ ਤੈਨੇ ਕਿਊਟ ਲੱਗੇ ਸੈ, ਘਣੀ ਸਖਤ ਜਾਨ ਸੇ ਕਤੇ ਨਾ ਮੌਤ ਆ ਰਹੀ ਇਸਨੇ,
ਅੱਬਾ ਪਲੀਜ਼ ਚੱਲੀਏ ਲੈਣ ਉਹਨਾਂ ਨੂੰ, ਬਾਹਰ ਬਹੁਤ ਠੰਡ ਆ। ਕਿ ਗਣੀ ਠੰਡ ਹੋ ਰਹੀ ਸੀ ਬਾਹਰ, ਕੰਬਲ ਨੇ ਓੜ ਤੇ ਸੋਜਿਆ, ਠੰਡ ਹੋ ਰਹੀ ਸੀ ਵਿਚਾਰਾ ਟਿੰਕਾ ਵੀਰਾ। ਮਾਤਾ ਰਾਣੀ ਹੱਥ ਪਚਾ ਲਾ ਕੇ ਤੂੰ ਪੰਗਾ ਨਹੀਂ ਲੈਂਦਾ। ਅੱਛਾ ਪੜੋ ਹੋਇਆ ਕੀ ਆ, ਜਾਇਆ ਡਫਲਾ ਸਿਰ ਮੇਰਾ। ਇੱਕ ਗੱਲ ਕਹਾਂ ਤੁਹਾਨੂੰ, ਜਦੋਂ ਦੇ ਮੈਂ ਤੁਹਾਨੂੰ ਲੱਡੂ ਖਵਾਇਆ, ਮੈਨੂੰ ਸੁਪਨਿਆਂ 'ਚ ਖਿਆਲਾਂ 'ਚ ਲੱਡੂ ਹੀ ਲੱਡੂ ਨਜ਼ਰ ਆਉਂਦੇ ਆ। ਮੈਨੂੰ ਸਮਝ ਨਹੀਂ ਆਉਂਦੀ ਮੈਂ ਇੰਨੇ ਲੱਡੂ ਕਿੱਥੇ ਰੱਖਾਂ। ਹਾਏ ਕਿੰਨਾ ਮਿੱਠਾ ਬੋਲਦੇ ਹੋ। ਹੋਰ ਖਾਓਗੇ ਲੱਡੂ? ਹਾਂਜੀ। ਓ ਤੁਹਾਡੇ ਲਈ ਵੀ ਮੰਗਾ ਲਾ ਸ਼ਾਂਤਾ। ਹਾਂਜੀ ਕਸ਼ਮੀ। ਕਿਆ ਕਿਉਂ ਨਹੀਂ ਹੋਏ? ਬਸ ਕਿਆ ਹੀ ਨਹੀਂ ਕਿਹਾ, ਫਿਟਮ ਉੱਤੇ ਤੁਰ ਫਿਟਮ। ਹਾਂਜੀ ਦੀਦੀ। ਕੁਛ ਨਾ ਰੱਖਿਆ ਇਹਨਾਂ ਬਾਤਾਂ ਮੈਂ, ਗਣਾ ਚਾਲੂ ਸੇ ਹੋ ਬਾਅਦ ਕੇ ਰਹੀ ਹੈ। ਨਹੀਂ ਦੀਦੀ ਬਹੁਤ ਕਿਊਟ ਨੇ। ਪਾਊ ਖੜ ਉਹ ਸ਼ੇਰੂ ਯਾਰ, ਤੂੰ ਦੋ ਦਿਨ ਤੋਂ ਨੀਂਦ ਥੁੱਕ ਨਹੀਂ ਲਾ ਸਕਦਾ, ਇੱਧਰ ਵਿਆਹ ਦੀ ਟੈਨਸ਼ਨ ਪਈ ਹੈ ਯਾਰ। ਸ਼ੇਰੂ ਕੀ ਹੋ ਗਿਆ ਯਾਰ, ਮਾੜਾ ਸਫ਼ਰ ਕਰ ਲੈ, ਤੇਰੇ ਵਿਆਹ ਦੀ ਸਕੀਮਾਂ ਲਾਈ ਜਾਣਾ। ਮੇਰੇ ਤੋਂ ਕੋਈ ਵੈਂਚੋ ਨਹੀਂ ਸਮਝਦਾ ਯਾਰ। ਆ ਵੈਂਚੋ ਕੀ ਹੁੰਦਾ? ਵੈਲਿਊ। ਆ ਦੇਖ ਲੈ ਤੇਰੀ ਵੈਂਚੋ ਮੇਰੇ ਹੱਥ ਚ ਆ, ਜੇ ਤੂੰ ਕੋਈ ਸਕੀਮ ਨਾ ਲਾਈ ਅਸੀਂ ਚੱਲਿਆ ਹੋਵੇ। ਇੱਕ ਮਿੰਟ ਮੇਰੀ ਗੱਲ ਸੁਣ ਫਿਰ। ਹਾਂ ਆਪਾਂ ਸਟੈਪ ਵਾਈਜ਼ ਚੱਲਦੇ ਹਾਂ, ਤੂੰ ਮੈਨੂੰ ਮੇਰਾ ਪਜਾਮਾ ਦੇ, ਮੈਂ ਪਜਾਮਾ ਪਾ ਕੇ ਤੈਨੂੰ ਸਕੀਮ ਦੇ ਦਿੰਦਾ। ਪੱਕਾ? ਹਾਂ ਹਾਂ ਪੱਕਾ, ਮੈਂ ਕੈਸ਼ ਕਰਾਂ। ਆ ਫੜ ਆਪਣਾ ਪਜਾਮਾ 5 ਰੁਪਈਆਂ ਦਾ। ਤੂੰ ਵੀ ਚੱਕ ਸਕੀਮ 5 ਕਰੋੜ ਦੀ। ਅਮਨ। ਹਾਂਜੀ ਦੀਦੀ। ਉਹ ਯਾਰ ਤੂੰ ਕੱਲ ਗੱਲ ਜੀ ਦੱਸ ਰਹੀ ਸੀ, ਉਹ ਵਿੱਚ ਜੇ ਰਹਿ ਗਈ ਕੀ ਸੀ ਉਹ? ਦੀਦੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ, ਪਰ ਗੱਲ ਅੱਗੇ ਨਾ ਕਰਿਓ ਨਹੀਂ ਫਿਰ ਟਿੰਕਾ ਵੀਰਾ ਨਾਰਾਜ਼ ਹੋ ਜੂ। ਉਹ ਨਾ ਨਾ ਮੈਂ ਨਹੀਂ ਦੱਸਦੀ, ਟਰਸਟ ਮੀ। ਪਿਛਲੇ ਸਾਲ ਨਾ ਦੀਪ ਦੇ ਆਸਟ੍ਰੇਲੀਆ ਵਾਲੇ ਬਿਜ਼ਨਸ 'ਚ ਬਹੁਤ ਲਾਸ ਹੋਇਆ ਸੀ, ਉਹਨਾਂ ਨੇ ਇੱਕ ਫੋਨ ਕੀਤਾ ਟਿੰਕੇ ਨੂੰ ਤੇ ਐ 5 ਕਰੋੜ ਭੇਜਤਾ। ਵਾਓ 5 ਕਰੋੜਸ ਟਿੰਕੇ ਨੇ, ਹੋਰ ਇੱਡਾ ਵੱਡਾ ਦਿਲ। ਯਾਰ ਮੈਂ ਤਾਂ ਇਸ ਬੰਦੇ ਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗਾ। ਦੀਦੀ ਬੰਦਾ ਵੀ ਚੰਗੀ ਤਰ੍ਹਾਂ ਤਾਰੀਫ ਕੀਤੀ ਨੀ ਹੋਣੀ ਮੇਰੀ, ਉਹ ਤਾਂ ਪਹਿਲਾਂ ਸੜਦੀ ਹੈ ਮੇਰੇ ਤੋਂ। ਉਹ ਯਾਰ ਉਹਨੇ ਤਾਂ ਤਾਰੀਫਾਂ ਦੇ ਗਪੌੜ ਬੰਨਤੇ ਯਾਰ, ਉਹ ਟੱਚ ਤੋਂ ਮਸ ਨਹੀਂ ਹੁੰਦੀ। ਇਹੀ ਤਾਂ ਗਲਤੀ ਕੀਤੀ ਆ ਉਹਨੇ ਯਾਰ, ਗੱਪ ਮਾਰਨ ਦੀ ਕੀ ਲੋੜ ਸੀ? ਪਰ ਸੱਚ ਸੱਚ ਦੱਸ ਦੀ ਮੇਰੇ ਬਾਰੇ, ਮੇਰੀਆਂ ਕੁਆਲਿਟੀਆਂ ਬਾਰੇ, ਸਾਡੀ ਵੀ ਕੋਈ ਵੈਂਜੂ ਆ? ਐਸੇ ਕਰਕੇ ਸਿਆਣੇ ਕਹਿੰਦੇ ਆ ਵਿਆਹ 'ਚ ਇੱਕ ਬੰਦਾ ਨਾ ਇੱਥੋਂ ਟਿੰਕਾ ਜ਼ਰੂਰ ਹੋਣਾ ਚਾਹੀਦਾ। ਕੀ ਹੋਣਾ ਚਾਹੀਦਾ? ਉਹ ਜੋ ਤੂੰ ਨਹੀਂ ਹੈਗਾ। ਸਿਆਣਾ? ਹਾਂ। ਅੱਛਾ ਉਹ ਯਾਰ ਤੂੰ ਮੈਨੂੰ ਦੇ ਫੋਨ, ਮੈਂ ਗੱਲ ਕਰਦਾ। ਇਹਨੂੰ ਖੋਲ ਤਾਂ ਦੇ ਯਾਰ। ਕੀ ਨਾ ਰੱਖਿਆ ਉਹਦਾ? ਡਾਰਲਿੰਗ ਸੋਹਣੀ ਸਵੀਟੀ ਪੁੱਛਾ, ਕੀ ਨਾ ਰੱਖਿਆ?
ਤੂੰ KAUD ਤੇ ਕਰ ਸਰਚ ਯਾਰ। KAUD ਕੋੜ ਤੁੰਬਾ। ਨਾ ਬਹੁਤ ਸੋਹਣਾ ਲੱਗਿਆ ਕੋੜ ਤੁੰਬਾ। ਤੂੰ ਗੁਰੂ ਦਾ ਫੋਨ ਮਿਲਾ। ਉਹ ਹੈਗੀ ਕੋੜ ਤੁੰਬਾ। ਕੰਮ ਕਰ ਆਪਦਾ। ਪ੍ਰਿਯੰਕਾ ਦੀਦੀ ਇੱਕ ਸੇਬ ਹੋਰ ਲਓਗੇ? ਮਿੱਠੇ ਨੇ। ਤੁਹਾਨੂੰ ਪਤਾ ਪ੍ਰਿਯੰਕਾ ਦੀਦੀ ਆਪਣੇ ਸਕਿਨ ਦਾ ਕਿੰਨਾ ਧਿਆਨ ਰੱਖਦੇ ਨੇ, ਰੋਜ਼ ਸਵੇਰੇ ਉੱਠ ਕੇ ਐਕਸਰਸਾਈਜ਼ ਕਰਦੇ ਨੇ। ਵੈਸੇ ਮੈਂ ਪ੍ਰਿਯੰਕਾ ਦੀਦੀ ਨਾਲ ਟਿੰਕੇ ਵੀਰੇ ਦੀ ਗੱਲ ਕਰਨੀ ਸੀ। ਏ ਦੀਦੀ ਕੀ ਬੁਆ, ਸਭ ਬੇਰਾ ਮੰਨੇ ਕੇ ਲੁਕਮ ਲੁਕਾਈ ਖੇਲੋ ਤੁਮ ਮੇਰੇ ਗੱਲਾਂ, ਔਰ ਉਸਕੀ ਦਾਲ ਨਾਗਲ ਨਾਲੀ ਸ਼ਕਲ ਦੇਖੀ ਸਾ ਉਸਨੇ ਆਪਣੀ। ਵੈਸੇ ਮੈਨੂੰ ਤਾਂ ਕਾਫੀ ਹੈਂਡਸਮ ਜਿਹਾ ਲੱਗਦਾ। ਅਰੇ ਸਿੰਮੀ ਆਜ ਤੰਨੇ ਬੁੰਡੀ ਸ਼ਕਲ ਵਾਲਾ ਹੈਂਡਸਮ ਲੱਗ ਗਿਆ, ਕੱਲ ਤੰਨੇ ਮੈਂ ਕੰਗਨਾ ਰਨੌਤ ਲਾਗੂੰਗੀ, ਤੇਰਾ ਵੀ ਕੋਈ ਸਟੇਟਸ ਨਾ ਰਿਹਾ। ਦੀਦੀ ਯਾਰ ਫਿਰ ਦੀਦੀ ਦੀਦੀ ਖੋਮੀ ਸਿੰਮੀ ਕੁੱਤੇ ਕੀ ਪੂਛ ਵੀ ਕਭੀ ਸਿੱਧੀ ਹੋਇਆ ਕਰੇ ਹੈ। ਪੂਛ ਤਾਂ ਵੱਡੇਗੀ, ਉਹ ਤਾਂ ਪਛਤਾ ਰਿਹਾ, ਤੜਪ ਰਿਹਾ, ਇੱਥੋਂ ਤੱਕ ਸੈਡ ਗਾਣੇ ਸੁਣਨ ਲੱਗ ਪਿਆ ਦਵਿੰਦਰ ਕੋਹੀ ਨੂਰ ਦੇ ਉੱਚੀ ਉੱਚੀ। ਨਾਲ ਸਾਨੂੰ ਵੀ ਸੁਣਨੇ ਪੈਂਦੇ, ਮੈਂ ਹੈੱਡਫੋਨ ਵੀ ਦੇਣ ਗਿਆ, ਕਹਿੰਦਾ ਨਾ ਨਹੀਂ ਚਾਹੀਦੇ। ਬਸ ਮਾਫੀ ਚਾਹੀਦੀ ਆ, ਕਹਿੰਦਾ ਜਿੰਨਾ ਚਿਰ ਪ੍ਰਿਯੰਕਾ ਮੈਨੂੰ ਮਾਫ਼ ਨਹੀਂ ਕਰਦੀ ਮੈਂ ਕੁਛ ਨਹੀਂ ਖਾਣਾ। ਬਦਤਮੀਜ਼ ਜੀ, ਜਦੋਂ ਦੀ ਆਈ ਆ ਲਹੂ ਪੀ ਜਾਂਦੀ ਆ ਪਾਂਦਰੀ ਜੀ, ਫਿਰ ਤੁਸੀਂ ਆਈ ਲੱਟੂ ਹੋਏ ਫਿਰਦੇ ਹੋ ਉਹਦੇ ਪਿੱਛੇ, ਹੈ ਨਹੀਂ ਲਾਇਕ ਤੁਹਾਡੇ। ਤੁਹਾਡੇ ਲਈ ਤਾਂ ਨਾ ਕੋਈ ਸਿਆਣੀ ਜੀ ਕੁੜੀ ਹੋਣੀ ਚਾਹੀਦੀ ਆ। ਤੁਸੀਂ ਚਾਹ ਪੀਓਗੇ? ਮੈਂ ਕੇਲੇ ਨਾਲ ਚਾਹ ਨਹੀਂ ਪੀਂਦਾ ਜੀ। ਜਮਾਈ ਸ਼ਾਂਤ ਆ ਰਹੀ, ਦੇਖਿਆ ਵੀਰੇ ਕਿੰਨੀ ਸਿਆਣੀ ਆ। ਬਹੁਤ ਸਿਆਣੀ ਆ ਸਿਸਟਰ ਤੇਰੀ, ਕੇਲੇ ਨਾਲ ਚਾਹ ਪੁੱਛ ਗਈ, ਇਹੋ ਜਿਹੀ ਸਿਆਣੀ ਤਾਂ ਹਰੇਕ ਨੂੰ ਮਿਲੇ। ਨਹੀਂ ਲੱਗਦੀ ਮਹਿੰਦੀ ਅੱਜ। ਤੈਨੂੰ ਪੀ ਜਾ ਫਿਰ ਸੋਚਦਾ ਵੀ ਤੂੰ ਮੁੱਕ ਜਾਣਾ। ਤੁਹਾਨੂੰ ਹੀ ਹੈ, ਮੈਨੂੰ ਨੀ ਉਹ ਸਾਦੀ ਮਹਿਲੇ। ਯਾਰ ਪਾਉ ਖੜਾ ਯਾਰ, ਕਿਉਂ ਟੈਨਸ਼ਨ ਲੈਣੀ ਆ? ਖੜੇ ਰਹੋ ਤੁਸੀਂ, ਕੁਛ ਨਹੀਂ ਹੋਣਾ ਤੁਹਾਡੇ ਤੋਂ। ਕੋੜੀ ਬੋਤਾ ਕੰਮ ਕਰ ਲਿਆ ਕਰੋ ਕੋਈ। ਯਾਰ ਅੱਜ ਤਾਂ ਮੈਂ ਪੀਤੀ ਵੀ ਨਹੀਂ ਯਾਰ। ਬਸ ਨਾਲ ਦੇ ਮਲੰਗ ਸਾਰੇ ਕਰੀ ਜਾਣ ਤੰਗ, ਨਾਲ ਦੇ ਮਲੰਗ ਸਾਰੇ ਕਰੀ ਜਾਣ ਤੰਗ, ਕੰਨ ਖੋਲਣੇ ਦੀ ਕਰੀ ਜਾਣ ਕਾਲਣੀ। ਓ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ, ਜੱਟੀ ਪਰੀਆਂ ਦੀ ਹੋਵੇ ਜਦੋਂ ਨਾਲ।
आज मेरी नजर आते भी गिर गया। साथी का माहौल से नहीं तो तू जाने है मन्ने। आड़े गाड़ती तन्ने आड़े राइट नाउ इंस्टेंट। तू ओवर रिएक्ट कर रही है प्रियंका। बोल लेन दे। प्रियंका जी 4 साल तो जेड़ा बोझ मैं इत्थे ली तुरिया फिरता रहा आ थोड़ा धक्का मैनू उस तो ही भारा लगा फीलिंगां दा छड्डो थोनू तां बंदे दी भी कदर नहीं यो देख लो फिर से भाज लिया ये पहले भी धोखेबाज था आज भी धोखेबाज है ਕ
ਕੀ ਫਾਇਦਾ ਹੋ ਜਾ ਪਿਆਰ ਦਾ ਜਿਹਨੂੰ ਸਬੂਤਾਂ ਦੀ ਲੋੜ ਹੋਵੇ। ਨਹੀਂ ਚਾਹੀਦਾ, ਸਾਡੀ ਵੀ ਕੋਈ ਬੈਂਜੋ ਹੈ। ਕਿਸੇ ਹੋਰ ਨੇ ਕੀਤਾ। ਗੁਰੀ ਨਹੀਂ, ਉਹ ਬੋਲਣ ਦੇ, ਉਹ ਭਾਊ ਬੋਲਣ ਦੇ ਮੈਨੂੰ। ਯਾਰਾਂ ਤੋਂ ਟੁੱਟਿਆ ਸੀ, ਯਾਰਾਂ ਨੇ ਸਾਂਭ ਲਿਆ। ਇਸ਼ਕ ਤੋਂ ਟੁੱਟੇ ਨੂੰ ਕੌਣ ਸਾਂਭੂਗਾ? ਉਹਨੂੰ ਮੰਨਿਆ ਸੌ ਯਾਰੀ ਤੋਂ ਉੱਤੇ ਆ, ਪਰ ਮੇਰੇ ਯਾਰ ਤੋਂ ਉੱਤੇ ਨਹੀਂ। ਸੱਚ ਸੁਣਨਾ ਚਾਹੁੰਦੀ ਆ ਨਾ ਤੂੰ ਪ੍ਰਿਅੰਕਾ? ਲੈ ਸੁਣ, ਤੂੰ ਇੱਥੇ ਕੀ ਕਰਦੀ ਆ? ਮੈਂ ਬੁਲਾਇਆ ਤੈਨੂੰ ਇੱਥੇ, ਪਰ ਮੈਨੂੰ ਤਾਂ ਪ੍ਰਿਅੰਕਾ ਦਾ ਮੈਸੇਜ ਆਇਆ। ਨਹੀਂ, ਉਹ ਮੈਸੇਜ ਮੈਂ ਕਰਿਆ ਸੀ। ਕਿਉਂ? ਆਪਣੀ ਭੈਣ ਦੀ ਖਾਤਰ ਮੈਨੂੰ ਆਪਰੇਸ਼ਨ ਲਈ ਪੈਸੇ ਚਾਹੀਦੇ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ, ਇਸ ਲਈ ਮੈਂ ਤੁਹਾਡੀ ਯਾਰੀ ਦਾ ਹੱਥ ਲਾਤੀ। ਫਿਰ ਹੁਣ ਮੈਨੂੰ ਇਹ ਸਾਰਾ ਕੁਝ ਕਿਉਂ ਦੱਸ ਰਹੀ ਆ? ਕਿਉਂਕਿ ਮੈਂ ਤੈਨੂੰ ਆਪਣਾ ਭਰਾ ਮੰਨਦੀ ਹਾਂ, ਤੇ ਇੱਕ ਭੈਣ ਆਪਣੇ ਭਰਾ ਨੂੰ ਕਦੇ ਝੂਠੀ ਬੋਲ ਸਕਦੀ। ਜੇ ਤੂੰ ਚਾਹੇ ਤਾਂ ਸਾਰਿਆਂ ਨੂੰ ਦੱਸ ਸਕਦੇ, ਸਾਰੇ ਪਹੁੰਚਣ ਵਾਲੇ ਹੋਣਗੇ। ਕਮਲੀਏ, ਰੋਣਾ ਬੰਦ ਕਰ। ਭੈਣਾਂ ਵੀਰਾਂ ਮੂਹਰੇ ਰੋਂਦੀਆਂ ਚੰਗੀਆਂ ਨਹੀਂ ਲੱਗਦੀਆਂ, ਨਾਲੇ ਵੀਰਾਂ ਕਹੀ ਜਾਂਦੀ, ਨਾਲੇ ਰੋਈ ਜਾਂਦੀਆਂ। ਹੈਂ, ਚੁੱਪ ਕਰ, ਹੰਝੂ ਪੂੰਝ, ਫਿਕਰ ਛੱਡ ਤੇ ਹਸਪਤਾਲ ਜਾ। ਓਏ ਯਾਰੀ ਦੀ ਸੌਂਹ ਕਿਸੇ ਨੂੰ ਨਹੀਂ ਦੱਸਦਾ, ਰੋਣਾ ਨਹੀਂ ਹੁਣ, ਠੀਕ ਆ? ਠੀਕ ਹੈ। ਤੇ ਰਹੀ ਯਾਰੀ ਦੀ ਗੱਲ,
ਉਹ ਇੰਨੀ ਕੱਚੀ ਨਹੀਂ ਵੀ ਆ ਛੋਟੀ ਜਿਹੀ ਗੱਲ ਤੇ ਟੁੱਟ ਜੂ। ਰੱਬ ਰੁੱਸਿਆ ਤੂੰ ਰੁੱਸਿਆ ਇੱਕੋ ਗੱਲ ਹੈ, ਤੂੰ ਹੀ ਦੱਸ ਹੁਣ ਇਹਦਾ ਕੋਈ ਹੱਲ ਹੈ। ਹਾਂ ਛੋਟੀ ਜਿਹੀ ਲੜਾਈ ਜੋ ਸਾਡੇ ਵਿੱਚ ਆਈ, ਇਹਨੇ ਵਿੱਚ ਬਿਨਾ ਕੁਝ ਸੋਚੇ ਯਾਰਾ ਵੇ ਤੂੰ ਯਾਰਾਨੇ ਤੋੜਤੇ। ਮਨ ਜਾਵੇ ਯਾਰਾ ਮੇਰਿਆ ਮੈਂ ਤੇਰੇ ਅੱਗੇ ਹੱਥ ਜੋੜਦੇ, ਮਨ ਜਾਵੇ ਯਾਰਾ ਮੇਰਿਆ ਮੈਂ ਤੇਰੇ ਅੱਗੇ ਹੱਥ ਜੋੜਦੇ। ਗੁਰੀ ਉਸਨੇ ਰੋਕ ਲੈ, ਬਸ ਤਾਂ ਚਲੀ ਗਈ, ਤੂੰ ਨਹੀਂ ਗਿਆ। ਆ ਰੁਕ ਰੁਕ ਕੇ ਜਾਂਦੀ ਜਿਹੜੀ ਸਿੱਧੀ ਜਾਂਦੀ ਆ ਉਹ ਚੜੂੰਗਾ। ਤੈਨੂੰ ਬੜੀ ਨੌਲੇਜ ਆ ਬੱਸਾਂ ਦੀ, ਕਿਹੜੀ ਰੁਕ ਕੇ ਜਾਂਦੀ ਆ ਕਿਹੜੀ ਸਿੱਧੀ। ਮੇਰੇ ਜਿਹਦੀ ਆਪ ਦੀ ਬੱਸ ਹੋਈ ਹੋਵੇ ਨਾ, ਉਹਨੂੰ ਪਤਾ ਹੁੰਦਾ ਕਿਹੜੀ ਰੁਕ ਰੁਕ ਕੇ ਜਾਂਦੀ ਕਿਹੜੀ ਸਿੱਧੀ ਜਾਂਦੀ। ਕੀ ਮਤਲਬ? 4 ਸਾਲ ਹਰਿਆਣਾ ਰੋਡਵੇਜ਼ ਦੀ ਨੌਕਰੀ ਕੀਤੀ ਆ, ਪਤਾ ਹੀ ਆ ਸਭ ਕੁਛ। ਓਏ ਆਪ ਖੰਡ ਜੇ ਨਾ ਕਰੋ, ਉੱਠ ਚੱਲ ਚੱਲੀਏ ਚੱਲ। ਆ ਚਾਹ ਦੇ ਪੈਸੇ ਲੈ ਲਓ। ਕਿੱਥੇ ਚੱਲ ਯਾਰ, ਮੈਂ ਕਿਤੇ ਨਹੀਂ ਜਾਣਾ ਬਾਈ, ਬਿਨੇ ਮੇਰਾ ਦਿਲ ਹੈ ਯਾਰ। ਕੋਈ ਗੇਂਦ ਨਹੀਂ ਆ, ਠੁੱਡਾ ਮਾਰਿਆ ਉੱਧਰ ਨੂੰ ਰੋੜਤੀ, ਠੁੱਡਾ ਮਾਰਿਆ ਇੱਧਰ ਨੂੰ ਰੋੜਤੀ। ਕਮਾਲ ਹੋ ਗਈ ਯਾਰ, ਫੀਲਿੰਗਾਂ ਦੀ ਕੋਈ ਕਦਰ ਹੀ ਨਹੀਂ। ਨਾਲੇ ਵੀਰੇ, ਜਿਹੜੇ ਰਿਸ਼ਤਿਆਂ ਦੇ ਮਹਿਲ ਸਬੂਤਾਂ ਦੀ ਬੁਨਿਆਦ 'ਤੇ ਟਿੱਕੇ ਹੁੰਦੇ ਨੇ ਨਾ, ਮਾੜੀ ਜਿਹੀ ਗਲਤ ਫਹਿਮੀ ਹੋਵੇ ਉਦੋਂ ਹੀ ਢਹਿ ਜਾਂਦੇ ਨੇ। ਵਿਸ਼ਵਾਸ ਤੂਫਾਨਾਂ 'ਚ ਖੜੀ ਕੁੱਲੀ ਨੂੰ ਵੀ ਨਹੀਂ ਡਿੱਗਣ ਦਿੰਦਾ, ਪਤਾ। ਉਹ ਚੰਗਾ ਭਰਾਵਾ, ਨਹੀਂ ਜਾਂਦੇ ਠੀਕ ਆ। ਵੈਸੇ ਵੀ ਤੇਰੇ ਤੋਂ ਜ਼ਰੂਰੀ ਕੁਛ ਨਹੀਂ, ਲਿਆ ਵੀ ਮੱਠੀਆਂ ਮੁੱਠੀਆਂ ਦੇ ਲਿਆ। ਉਹ ਮੰਗਾਵਾਂਗੇ ਯਾਰ ਮਾਫ਼ੀ ਆਪਾਂ, ਚੱਲ ਤੂੰ ਨਾਲ ਚੱਲ, ਸਾਡੇ ਮੰਗੂਗੀ ਮਾਫ਼ੀ ਸਾਰਿਆਂ ਦੇ ਸਾਹਮਣੇ ਉਹ। ਚੱਲ ਉੱਠ ਉੱਠ। ਕੋਈ ਖੇਡ ਨਹੀਂ ਹੈ ਵੀਰੇ, ਭਰੋਸਾ ਟੁੱਟਿਆ ਤੇ ਜੁੜੂਗਾ ਵੀ ਉੱਥੇ ਜਿੱਥੇ ਟੁੱਟਿਆ ਸੀ। ਸਭ ਮੈਨੂੰ ਯਾਦ ਹੈ, ਇੱਕ ਇੱਕ ਪਲ ਗੁੱਸੇ ਵਿੱਚ ਆ ਗਿਆ ਸੀ, ਛੱਡ ਯਾਰ ਚੱਲ। ਹੋ ਨਹੀਂ ਕਦੇ ਸਕਦਾ ਮੇਰੇ ਤੋਂ ਨਾਰਾਜ਼ ਤੂੰ, ਤੂੰ ਹੀ ਮੇਰਾ ਅੱਜ ਯਾਰਾ, ਤੂੰ ਹੀ ਮੇਰਾ ਕੱਲ। ਤੇਰੇ ਨਾਲ ਹੀ ਲੜੂ ਪਿਆਰ ਵੀ ਮੈਂ ਕਰੂੰ, ਖਾਸ ਜਿੰਨਾ ਤੇਰੇ ਤੇ ਮੈਂ ਹੋਣਾ ਨੀ ਵਿਸ਼ਵਾਸ ਹੋਰ ਤੇ। ਹੈਲੋ, ਕੱਟ ਲਿਆ ਨਾ ਅਮਨ, ਅਮਨ ਅਮਨ ਮੈਨੂੰ ਫੋਨ ਕਰ। ਅਮਨ ਮੇਰੀ ਗੱਲ ਤਾਂ ਸੁਣ, ਹੈਲੋ ਨਾ ਕਰਿਓ, ਹੁਣ ਨਾ ਤੁਸੀਂ ਸਿੱਧਾ 9 ਸਾਲ ਬਾਅਦ ਹੀ ਆਇਓ। ਅਮਨ ਪਲੀਜ਼, ਹੈਲੋ 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 ਦੀਪ, ਟੈਨਸ਼ਨ ਨਾ ਲੈ ਯਾਰ, ਪਾਉ ਖੜਾ ਪਾਉ ਖੜਾ ਹੀ ਰਹੂਗਾ, ਕੁਛ ਕਰੂਗਾ ਵੀ। ਪਾਉ ਖੜਾ ਪਾਉ ਖੜਾ, ਚਲਾ ਮੇਰੇ ਨਾਲ।
ਪਾਓ ਪਾਓ ਕੁਛ ਕਰ ਯਾਰ, ਮੈਨੂੰ ਅਮਨ ਨੇ ਮਾਰ ਦੇਣਾ, ਪਲੀਜ਼ ਜਾ। ਲਓ ਜੀ ਪਾਓ ਲੱਗਾ ਜੇ ਮਾਫੀ ਮੰਗਣ, ਤੇ ਜੇ ਕੋਈ ਹੋਰ ਰਹਿੰਦਾ ਹੋਵੇ ਤੇ ਉਹ ਵੀ ਮੰਗ ਲਵੇ, ਭਾ ਖੜਾ ਸਾਹਮਣੇ। ਓਏ ਆਓ ਪਾਓ, ਆਪਾਂ ਤੇ ਮੰਗੀਏ। ਵੀਰੇ ਸੌਰੀ ਸੌਰੀ ਵੀਰੇ ਸੌਰੀ ਯਾਰ, ਟਿੰਕੇ ਵੀਰ ਤੂੰ ਵੀ ਮੰਗ ਲਾ ਹੁਣ। ਡਾਰਲਿੰਗ ਸਾਡੇ ਵਾਲੀ ਆ, ਤੁਸੀਂ ਆਪਣੇ ਵਾਲੀ ਮੰਗੋ। I'm sorry. ਸਬੂਤ ਫਲਾਨਾ ਢਿੱਕੜਾ, ਚਾਰ ਸਾਲਾਂ ਸੇ ਮੈਂ ਤੇਰੇ ਸਬੂਤਾਂ ਕੀ ਬਾਟ ਕੋ ਨਾ ਦੇਖ ਰਹੀ ਥੀ, ਤੈਨੂੰ ਕਿਆ ਲੱਗ ਗਿਆ? ਤੂੰ ਹੀ ਤੜਪਿਆ ਸੈ, ਮੰਨੇ ਹੀ ਬੇਰਾ ਸੈ, ਤੈਨੂੰ ਬੇਰੇ ਇੱਕੇ ਹੋਵੇ ਛੋਰੀਆਂ ਗੈਲ। ਸਾਰੀਆਂ ਮੁਸ਼ਕਲਾਂ ਕੱਲੀਆਂ ਛੋਰੀਆਂ ਨੂੰ ਹੀ ਆਉਂਦੀਆਂ ਨੇ ਜੀ, ਹੈ ਨਾ? ਬੰਦਿਆਂ ਦੇ ਅੰਦਰ ਤਾਂ ਦਿਲ ਹੀ ਨਹੀਂ ਹੁੰਦਾ, ਪੱਥਰ ਹੁੰਦੇ ਨੇ। ਇਹ ਚਾਰ ਸਾਲ ਮੈਂ ਕਿੱਦਾਂ ਕੱਟੇ ਪਤਾ ਤੁਹਾਨੂੰ? ਵਾੜੇ ਚ ਬਹਿ ਕੇ ਕੱਲੀ ਕੱਲੀ ਮੱਝ ਨਾਲ ਆਪਣਾ ਦੁੱਖ ਸਾਂਝਾ ਕੀਤਾ, ਹਜੇ ਤੱਕ ਕੱਟਾ ਕੱਟੀ ਰੋਂਦੇ ਵੇਖੇ ਨੇ ਮੈਂ ਆਪਣੇ ਦੁੱਖ ਤੇ। ਹੋਰ ਕੋਈ ਸੀ? ਪਸ਼ੂ ਸੀ ਆਲੇ ਦੁਆਲੇ। ਤੁਸੀਂ ਕਹਿੰਦੇ ਹੋ ਕੀਤਾ ਕੀ ਹੈ? ਮੈਂ ਚਾਰ ਸਾਲ ਸਿਰਫ ਤੈਨੂੰ ਯਾਦ ਕੀਤਾ ਪ੍ਰਿੰਕਾ। ਯਾਦ ਮਰੇ ਹੋਏ ਕੀ ਜਾਏ ਸੇ, ਜਿੰਦਿਆਂ ਖਾਤਰ ਜੀਆ ਜਾਏ ਸੇ। ਜੇ ਤੂੰ ਇੱਕ ਬਾਰ ਵੀ ਕੋਸ਼ਿਸ਼ ਕੀ ਹੋਤੀ ਨਾ ਮੇਰੇ ਤੇ ਮਿਲਣ ਕੀ, ਤੇ ਆਜ ਹਮ ਦੋਨੋਂ ਸਾਥ ਖੜੇ ਹੋਤੇ ਆਮਣੇ ਸਾਹਮਣੇ ਨਾ। ਤੇ ਤੂੰ ਕਰ ਲੈਂਦੀ ਕੋਸ਼ਿਸ਼, ਤੂੰ ਮਿਲ ਲੈਂਦੀ ਵੱਡੀ, ਤੂੰ ਕਟਰੀਨਾ ਕੈਫ ਸਾਰੀ ਕੋਸ਼ਿਸ਼ਾਂ ਮੇਰੇ ਤੇ ਹੀ ਕਰਾ ਲੈ ਤੂੰ, ਔਰ ਤੂੰ ਖੁਦ ਵਿਆਹ ਮੇ ਲੱਡੂ ਖਾਤਾ ਹੰਡਿਆ। ਓ ਹਲੋ, ਮੈਂ ਵਿਆਹ ਚ ਸਿਰਫ ਲੱਡੂ ਨਹੀਂ ਖਾਦੇ, ਮੇਰੇ ਲੱਡੂ ਗਿਣਦੀ ਰਹੀ ਹੈ, ਲੱਡੂਆਂ ਪਿੱਛੇ ਲੁਕੀ ਮੇਰੀ ਨੀਂਦ ਵੀ ਦੇਖ ਲੈਂਦੀ। ਤੇ ਤੂੰ ਕੀ ਕੀਤਾ? ਕੀਤਾ ਕੀ ਮੈਂ ਕੀ ਕੀਤਾ? ਚਾਰ ਸਾਲ ਸੇ ਤੇਰੀ ਬਾਟ ਦੇਖੀ, ਕਿਸੇ ਗੱਲ ਨਾਲ ਵਿਆਹ ਨਹੀਂ ਕਰਾਇਆ, ਆਪਣੇ ਮਾਪਿਆਂ ਤੇ ਲੜੀ, ਆਪਣਾ ਫੋਨ ਨੰਬਰ ਤੱਕ ਚੇਂਜ ਨਾ ਕਰਾ। ਯਾਰ ਮੈਨੂੰ ਲੱਗਦਾ ਟਿੰਕਾ ਵੀ ਗਲਤ ਹੋ ਗਿਆ। ਤੈਨੂੰ ਮੇਰੇ ਥੱਪੜ ਕੁੱਕਰ ਮਾਰਿਆ, ਤੂੰ ਮਾਰਿਆ ਮੇਰੇ, ਅਬ ਤੋਂ ਮੇਰਾ ਥੱਪੜ ਵੀ ਕੋਈ ਨਾ ਖਾ ਸਕਿਆ। ਪਿਆਰ ਨਾਲ ਤਾਂ ਭਾਵੇਂ ਤੂੰ ਜੱਟ ਨੂੰ ਸੁਹਾਗੇ ਥੱਲੇ ਦੇ ਲਾ, ਲੈ ਮਾਰ ਲੈ ਥੱਪੜ। ਗਣਾ ਸਿੱਕੋ ਨਾ ਬਣ ਤੂੰ। ਹੋ ਗਿਆ ਲਾਲਾ ਜੀ?
ਮੂਰਤ ਨਿਕਲ ਗਿਆ, ਤੂੰ ਪਾਈ ਜਾ ਚੱਪੀਆਂ। ਓਏ ਅਜੇ ਤਾਂ ਮੂਰਤ ਸ਼ੁਰੂ ਹੋਇਆ। ਵੜ ਅਮਨ, ਜਿੰਨਾ ਤੂੰ ਢਿੱਲਾ ਹੈ ਨਾ, ਮੈਨੂੰ ਪਤਾ ਸੀ ਤੂੰ ਨਹੀਂ ਪਹੁੰਚਦਾ। ਰੁਕ ਬੇਟਾ, ਇਹਨੂੰ ਇੱਕ ਵਾਰੀ ਹੋਰ ਪੁੱਛ ਲੈ, ਕਿਤੇ ਇਹਨੇ ਕੋਈ ਹੋਰ ਸੌਂ ਤਾਂ ਨਹੀਂ ਖਾਧੀ ਹੋਈ? ਸੌਂ ਦੀ ਕਰੀ ਜਾਂਦੇ ਜੀ, ਇੱਧਰ ਮੂਰਤ ਨਿਕਲ ਗਿਆ। ਖੜ ਜਾ ਓਏ, ਇੱਥੇ ਪਾਵਾਂਗੇ ਭੰਗੜਾ, ਭਾਊ ਖੜਾ ਨਾ। ਫਿਰ ਕਰੀਏ ਅਨਾਉਂਸਮੈਂਟ। ਕਰੋ ਫਿਰ। ਚਲੋ ਫਿਰ। ਬਈ ਸੁਣ ਲਓ ਅਨਾਉਂਸਮੈਂਟ ਕੰਨ ਕਰਕੇ, ਮੈਂ ਲੇਟ ਲੂਟ ਨਹੀਂ ਹੋਣਾ ਜਾਣ ਕਰਕੇ। ਬਈ ਸੁਣ ਲਓ ਅਨਾਉਂਸਮੈਂਟ ਕੰਨ ਕਰਕੇ, ਮੈਂ ਲੇਟ ਲੂਟ ਨਹੀਂ ਹੋਣਾ ਜਾਣ ਕਰਕੇ। ਜਾ ਕੇ ਕਾਲਜ ਦੇ ਗੇਟ